ਮੇਰਾ ਨਾਂ ਇੰਦਰਜੀਤ ਸਿੰਘ ਜੇਜੀ ਹੈ। ਮੇਰੇ ਪਿਤਾ ਦਾ ਨਾਂ ਸੀ ਸਰਦਾਰ ਹਰਚੰਦ ਸਿੰਘ ਜੇਜੀ। ਇਹ ਕੋਠੀ ਉਹਨਾਂ ਦੀ ਹੈਗੀ, ਬਣਾਈ ਵੀ ਕੋਈ 1870 1880 ਦੇ ਦਰਮਿਆਨ ਬਣਾਈ ਸੀ। ਪਿਤਾ ਜੀ ਇੰਡੀਅਨ ਇੰਡੀਪੈਂਡੈਂਸ ਦੇ ਗਾਹਕ ਸੇ ਔਰ ਜਿੱਥੇ ਜਿੱਥੇ ਵੀ ਮੋਰਚੇ ਲੱਗਦੇ ਸੀ ਉੱਥੇ ਆਪਣੀ ਬੰਦੇ ਭੇਜ ਦਿੰਦੇ ਸੀ। ਜਦ ਜੈਤੋਂ ਦਾ ਮੋਰਚਾ ਲੱਗਿਆ ਉੱਥੇ ਸਾਡੇ ਬੰਦੇ ਗਏ, ਗੁਰੂ ਕੇ ਬਾਗ ਉੱਥੇ ਗਏ, ਜਿੱਥੇ ਵੀ ਹੁੰਦਾ ਸੀ ਬੰਦੇ ਭੇਜ ਦਿੰਦੇ ਸੀ। ਇਹਦਾ ਸੀਗੀ ਇੱਥੇ ਦੀ ਬੈਕਗਰਾਊਂਡ। ਮੇਰੀ ਉਮਰ ਓਫਿਸ਼ਲੀ ਮੇਰਾ ਬਰਥ 1931 ਦਾ। ਜਦ ਮੈਂ ਕਾਲਜ ਦੇ ਵਿੱਚ ਸਕੂਲ 'ਚ ਵੀ ਸੀਗਾ ਮੇਰੀ ਉਮਰ ਸੀਗੀ ਲਿਖੀ ਵੀ 1929। ਜਦ ਮੈਂ ਛੱਡਿਆ ਉਹਨਾਂ ਨੇ ਜਿਹੜਾ ਮੈਨੂੰ ਸਰਟੀਫਿਕੇਟ ਦਿੱਤਾ ਉਹ 31 ਦਾ। ਪਤਾ ਲੱਗਿਆ ਮੇਰੇ ਵੱਡੇ ਭਾਈ, ਮੈਂ ਪੰਜ ਭਾਈ ਸੀ, ਮੈਂ ਸਭ ਤੋਂ ਛੋਟਾ ਸੀ। ਵੱਡੇ ਭਾਈ ਨੇ ਮੇਰੀ ਉਮਰ ਬਦਲਤੀ, ਮੈਨੂੰ 31 ਲੈ ਆਉਂਦਾ। ਪਰ ਹੁਣ ਮੈਨੂੰ ਪਿੱਛੋਂ ਪਤਾ ਲੱਗਿਆ, ਮੇਰੀ ਵੱਡੀ ਭੈਣ ਨੇ ਦੱਸਿਆ ਜਿਹੜੇ ਗੁਜ਼ਰ ਗਏ ਰਾਜਮਾਤਾ ਜੀ, ਕਿ ਤੇਰੀ ਐਕਚੁਅਲ ਉਮਰ 1928 ਦੀ ਹੈ। ਖਾਣੇ ਪੀਣੇ ਦੀ ਤਾਂ ਗੱਲ ਹੈ ਨਹੀਂ, ਕੰਮ ਕਰਦਾ ਰਹੋ ਬੰਦਾ ਤੰਦਰੁਸਤ ਰਹਿੰਦਾ, ਵਿਹਲਾ ਨਾ ਬੈਠੇ। ਮੈਂ ਸਰਵਿਸ ਛੱਡ ਕੇ ਸੋਸ਼ਲ ਸਰਵਿਸ ਕੀਤੀ ਹੈ, ਸੋਸ਼ਲ ਸਰਵਿਸ ਦਾ ਕੰਮ ਚੱਲ ਰਿਹਾ। ਮੈਨੂੰ ਪਤਾ ਮੇਰੀ ਲੋੜ ਹੈ, ਮੈਂ ਅਜੇ ਵੀ ਹੈੱਡ ਆਫਿਸ ਬਣਾਇਆ ਹੈਗਾ ਚੰਡੀਗੜ੍ਹ, ਫੀਲਡ ਆਫਿਸ ਹੈਗਾ ਸਾਡਾ ਕਾਲਜ, ਤੁਸੀਂ ਫੀਲਡ ਆਫਿਸ ਸਾਡਾ ਦੇਖਿਆ, ਇੱਥੋਂ ਸਾਡਾ ਡਿਟੇਲ ਕਰਤੇ ਹੈੱਡ ਆਫਿਸ ਉਹ ਹੈ। ਉਹ ਹੈੱਡ ਆਫਿਸ ਦੇ ਨਾਲ ਅਸੀਂ ਗੌਰਮੈਂਟ ਆਫ ਇੰਡੀਆ ਨਾਲ, ਹਿਊਮਨ ਰਾਈਟਸ ਬੋਡੀਜ਼ ਦੇ ਨਾਲ ਇੰਟੈਕਟ ਰੱਖਦੇ ਹਾਂ ਕਿ ਆ ਤੁਸੀਂ ਰਿਫੋਰਮਸ ਲਿਆਓ ਸੋਸਾਇਟੀ ਦੇ ਵਿੱਚ ਕਿ ਬੰਦੇ ਮਰਨ ਨਾ। ਤਾਂ ਉਸ ਤਰ੍ਹਾਂ ਅਸੀਂ ਇਹ ਕੰਮ ਕਰਦੇ ਜਾ ਰਹੇ ਹਾਂ। ਜਦ ਤੱਕ ਤੁਸੀਂ ਕੰਮ ਕਰਦੇ ਜਾ ਰਹੇ ਹੋ ਠੀਕ ਰਹਿ ਰਹੇ ਹੋ। ਨੌਕਰੀ ਕਰ ਲਈ, ਮੈਂ ਲੋਅ ਕਰ ਲਿਆ, ਲੋਅ ਕਰਕੇ ਮੈਂ ਬਾਹਰ ਚਲਿਆ ਗਿਆ, ਬ੍ਰਿਟਿਸ਼ ਕੰਪਨੀ ਨਾਲ ਮੈਂ ਸਰਵਿਸ ਕਰ ਲਈ। ਇਹਦੇ ਦੌਰਾਨ 1980 ਦੇ ਕਰੀਬ ਸਿਚੁਏਸ਼ਨ ਬਿਗੜਦੀ ਦੇਖੀ ਮੈਨੂੰ, ਤਾਂ 1983 'ਚ ਮੈਂ ਅਸਤੀਫਾ ਦੇ ਕੇ ਵਾਪਸ ਆ ਗਿਆ। ਮੈਨੂੰ ਲੱਗਦਾ ਸੀ ਕਿ ਪੰਜਾਬ 'ਤੇ ਕੋਈ ਆਏਗਾ ਅਤੇ ਸਿਚੁਏਸ਼ਨ ਗਰਮ ਹੁੰਦੀ ਜਾ ਰਹੀ ਹੈ। ਮੈਂ 83 'ਚ ਆ ਗਿਆ। ਮਿਸਿਸ ਗਾਂਧੀ ਦਾ ਰੂਲ ਸੀਗਾ, ਉਹਨਾਂ ਦੀਆਂ ਇਲੈਕਸ਼ਨਾਂ ਨੇੜੇ ਆ ਗਈਆਂ, ਤਾਂ ਉਹਨਾਂ ਨੇ ਇਲੈਕਸ਼ਨਾਂ ਕਰਕੇ ਕੁਛ ਕਰਨਾ ਸੀ। ਉਹਨਾਂ ਨੇ ਪਹਿਲਾਂ ਕੋਸ਼ਿਸ਼ ਤਾਂ ਇਹ ਕੀਤੀ ਕਿ ਪਾਕਿਸਤਾਨ ਨਾਲ ਲੜਾਈ ਕਰ ਲਈ ਹੈ। ਪਰ ਮਿਸਿਸ ਗਾਂਧੀ ਨੋਨ ਅਲਾਈਨਡ ਕੰਟਰੀਜ਼ ਦੇ ਚੇਅਰਮੈਨ ਸੀ, ਜਿਵੇਂ ਇੰਡੋਨੇਸ਼ੀਆ ਹੈਗਾ, ਸਾਊਥ ਅਫਰੀਕਾ, ਦੂਜੀਆਂ ਕੰਟਰੀਜ਼ ਨੇ, ਤਾਂ ਉਹ ਕਰ ਨਹੀਂ ਸਕੀ। ਉਹਨਾਂ ਨੇ ਫਿਰ ਇਹ ਫੈਸਲਾ ਕਰ ਲਿਆ ਕਿ ਸਿੱਖਾਂ ਨੂੰ ਮਾਰ ਦਿਉ, ਇਹ ਕਹਿ ਕੇ ਇਹ ਟੈਰਰਿਸਟ ਬਣ ਗਏ ਔਰ ਕਿ ਅਸੀਂ ਹਿੰਦੁਸਤਾਨ ਬਚਾ ਲਿਆ। ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਉਹ 'ਚ ਉਹਨਾਂ ਨੇ ਬੇਹਿਸਾਬ ਬੰਦੇ ਮਾਰੇ, ਜਿਹੜੀਆਂ ਸਿੱਖ ਸਭ ਤੋਂ ਪਵਿੱਤਰ ਜਗ੍ਹਾ ਜਿਹਨੂੰ ਗਿਣਦੇ ਤੇ ਅਕਾਲ ਤਖ਼ਤ ਵੀ ਢਾਹਤਾ, ਦਰਬਾਰ ਸਾਹਿਬ 'ਤੇ ਵੀ ਗੋਲੀ ਚੱਲੀ, ਬਹੁਤ ਬੰਦੇ ਮਾਰੇ ਗਏ ਔਰ ਬਹੁਤ ਬੰਦੇ ਇਹਨਾਂ ਨੇ ਗ੍ਰਿਫਤਾਰ ਕਰ ਲਏ ਜਿਹਨਾਂ ਨੂੰ ਬਾਹਰ ਜਾ ਕੇ ਮਾਰਿਆ। ਉਹਦੇ ਬਾਅਦ ਸਿਚੁਏਸ਼ਨ 10 ਸਾਲ ਖਰਾਬ ਰਹੀ, 85 ਤੋਂ ਲੈ ਕੇ 93 ਤਾਈਂ ਸਿਚੁਏਸ਼ਨ ਬੜੀ ਗਰਮ ਰਹੀ। ਉਸ ਦੌਰਾਨ ਮੇਰਾ ਕੰਮ ਸੀ ਕਿ ਇਹਨਾਂ ਦਾ ਖਿਆਲ ਰੱਖਿਆ ਜਾਏ। 83 ਦੇ ਵਿੱਚ ਗੌਰਮੈਂਟ ਨੇ ਆਪਰੇਸ਼ਨ ਬੂਸਟਰ ਤੋਂ ਪਹਿਲਾਂ 83 'ਚ ਗੌਰਮੈਂਟ ਨੇ 85 ਆਪਰੇਸ਼ਨ ਬੂਸਟਰ ਦੇ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਨੋਰਮਲ ਹੋ ਜਾਏ, ਇਲੈਕਸ਼ਨਾਂ ਕਰਵਾ ਦੀਆਂ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮੈਨੂੰ ਪ੍ਰਪੋਜ਼ ਕਰਤਾ ਕਿ ਤੂੰ ਇਲੈਕਸ਼ਨ ਲੜਾਂ। ਮੈਂ ਇੱਥੋਂ ਇਲੈਕਸ਼ਨ ਜਿੱਤ ਗਿਆ। ਮਿਸਿਸ ਭੱਠਲ ਨੇ ਕੋਸ਼ਿਸ਼ ਕੀਤੀ, ਉਹ ਹਾਰ ਗਈ। ਉਹਦੇ ਬਾਅਦ ਇਹਨਾਂ ਨੇ ਫਿਰ ਕਬਜ਼ਾ ਕਰ ਲਿਆ, ਤਾਂ 1993 ਤਾਈਂ ਪ੍ਰੈਜ਼ੀਡੈਂਟਸ ਰੂਲ ਹੈ। ਉਸ ਦੌਰਾਨ ਮੇਰੀ ਕੋਸ਼ਿਸ਼ ਇਹ ਸੀ ਕਿ ਜਿੰਨੇ ਗਲਤ ਮਾਰ ਰਹੇ ਹੈ, ਜਿਨ੍ਹਾਂ ਨੂੰ ਫੜ ਫੜ ਕੇ ਝੂਠੇ ਮੁਕਾਬਲਿਆਂ 'ਚ ਮਾਰਿਆ, ਉਹਨਾਂ ਨੂੰ ਬਚਾਇਆ ਜਾਏ। ਤਾਂ ਅਸੀਂ ਇੱਕ ਸੰਸਥਾ ਖੜੀ ਕਰਤੀ ਜਿਹਦਾ ਨਾਂ ਸੀ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ। ਇੱਕ ਸੰਸਥਾ ਹੋਰ ਸੀ ਸਾਡੇ ਨਾਲ ਦੀ, ਉਹ ਜਸਟਿਸ ਸੁਰਜੀਤ ਸਿੰਘ ਬੈਂਸ ਦੀ ਖੜੀ ਹੋਈ ਸੀ, ਉਹਨੂੰ ਪੰਜਾਬ ਹਿਊਮਨ ਰਾਈਟਸ ਕਹਿੰਦੇ ਸੀ। ਸਾਡੀਆਂ ਦੋਨੋਂ ਸੰਸਥਾ ਆਪਸ 'ਚ ਕੰਟੈਕਟ ਕਰ ਲਿਆ, ਜੁੜ ਗਈਆਂ। ਸਾਡੀ ਸੰਸਥਾ ਦਾ ਪ੍ਰੈਜ਼ੀਡੈਂਟ ਮੈਂ ਸੀ, ਕਨਵੀਨਰ ਮੇਰੀ ਸਿਸਟਰ ਬਲਜੀਤ ਕੌਰ ਕੋ ਕਨਵੀਨਰ ਸੀ, ਕਰਨਲ ਪ੍ਰਤਾਪ ਸਿੰਘ ਉਹ ਵੀ ਕੋ ਕਨਵੀਨਰ ਸੀ। ਤਾਂ ਅਸੀਂ ਜਿੱਥੇ ਜਿੱਥੇ ਮਾਰਦੇ ਅਸੀਂ ਪਹੁੰਚ ਜਾਂਦੇ ਸੀ।
ਇਹਨਾਂ ਨੇ ਟੈਕਟਿਕਸ ਬਦਲ ਲਏ ਕਿ ਇਹ ਤਾਂ ਸਾਨੂੰ ਫੜ ਲੈਂਦੇ ਜਿੱਥੇ ਮਾਰਦੇ ਹੈ। ਇਹਨਾਂ ਨੇ ਜਿਹੜੇ ਅੰਮ੍ਰਿਤਸਰ ਮਾਰਦੇ ਸੀ ਉਹਨਾਂ ਦੀਆਂ ਲਾਸ਼ਾਂ ਇੱਥੇ ਬਰਾਮਦ ਕਰਦੇ ਸੀ, ਜਿਹੜੇ ਇੱਥੇ ਮਾਰਦੇ ਸੀ ਉਹਨਾਂ ਨੂੰ ਅੰਮ੍ਰਿਤਸਰ ਜਾ ਕੇ ਦਰਿਆ ਸਿੱਟ ਦਿੰਦੇ ਕਿ ਕੋਈ ਉਹਨਾਂ ਨੂੰ ਆਈਡੈਂਟੀਫਾਈ ਨਾ ਕਰ ਸਕੇ। ਪਰ ਸਿਚੁਏਸ਼ਨ ਹੌਲੀ ਹੌਲੀ ਸਰਕਾਰ ਦੇ ਖਿਲਾਫ ਹੁੰਦੀ ਗਈ, ਲੋਕ ਬਜਾਏ ਕਿ ਡਰਨ ਦੇ ਲੋਕ ਇਕੱਠੇ ਹੁੰਦੇ ਗਏ। ਸੋ 1830 ਦੇ ਵਿੱਚ ਇਹਨਾਂ ਨੇ ਖੋਲ੍ਹਤਾ। ਜਦ ਮੈਂ ਇਹ ਦੇਖ ਰਿਹਾ ਸੀਗਾ ਕਿ ਕਿੰਨੇ ਬੰਦਿਆਂ ਨੂੰ ਮਾਰਦੇ ਹਾਂ, ਤਾਂ ਪਿੰਡਾਂ 'ਚ ਮੈਨੂੰ ਪਤਾ ਲੱਗ ਰਿਹਾ ਸੀ ਕਿ ਆਤਮ ਹੱਤਿਆ ਵੀ ਹੋ ਰਹੀਆਂ ਨੇ, ਕਿਸਾਨ ਆਤਮ ਹੱਤਿਆ ਕਰ ਰਹੇ ਨੇ। ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਹੈ। ਕਈ ਜਗ੍ਹਾ 'ਤੇ ਅਸੀਂ ਦੇਖਿਆ ਕਿ ਖਾਲ ਦੇ ਕਿਨਾਰੇ ਬੈਠਾ ਥੋੜ੍ਹੇ ਚਿਰ ਬਾਅਦ ਵਿੱਚ ਡਿੱਗ ਪਿਆ। ਕਈ ਜਗ੍ਹਾ ਗਏ ਜਿੱਥੇ ਦਰਖਤ 'ਤੇ ਲੜਕ ਰਿਹਾ। ਹੌਲੀ ਹੌਲੀ ਸਾਨੂੰ ਪਤਾ ਲੱਗਿਆ ਕਿ ਕਿਸਾਨਾਂ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ। ਸਰਕਾਰ ਨੇ 1976 ਦੇ ਕਰੀਬ ਲੈਂਡ ਸੀਲਿੰਗ ਕਰਤੀ। ਲੈਂਡ ਸੀਲਿੰਗ ਦਾ ਮਤਲਬ ਸੀ ਕਿ ਤੁਸੀਂ 18 ਕਿੱਲੇ ਤੋਂ ਵੱਧ ਜ਼ਮੀਨ ਲੈ ਨਹੀਂ ਸਕਦੇ। ਉਹ 30 ਸਾਲਾਂ ਦੇ ਵਿੱਚ ਵੰਡੀ ਜਾਂਦੀ ਹੈ, ਉਹ 6-6 ਕਿੱਲੇ ਰਹਿ ਗਈ ਜੇ 3 ਜਗ੍ਹਾ ਵੰਡੀ ਗਈ। ਅਗਲੇ 30 ਸਾਲਾਂ ਦੇ ਬਾਅਦ ਵੰਡੀ ਗਈ 2-2 ਕਿੱਲੇ ਰਹਿ ਗਈ, ਹੁਣ ਦੀ 2-2 ਕਿੱਲੇ ਰਹਿ ਗਈ। ਉਹ ਤਾਂ ਕਿਸਾਨ ਦਾ ਗੁਜ਼ਾਰਾ ਨਹੀਂ ਹੁੰਦਾ, ਤਾਂ ਆਤਮ ਹੱਤਿਆ ਵੱਧਦੀਆਂ ਗਈਆਂ। ਉਹਨਾਂ ਦੀ ਅਸੀਂ ਇਨਵੈਸਟੀਗੇਸ਼ਨ ਕਰਨ ਲੱਗ ਗਏ। ਫਿਰ ਅਸੀਂ ਦੇਖਿਆ ਕਿ ਸਰਕਾਰ ਤਾਂ ਕੁਛ ਕਰ ਨਹੀਂ ਰਹੀ। ਜਿਹੜੇ ਆਤਮ ਹੱਤਿਆ ਦੇ ਕੇਸ ਸੀਗੇ, ਜਿਨ੍ਹਾਂ ਦੇ ਬੱਚੇ ਸੀ, ਅਸੀਂ ਉਹਨਾਂ ਦੀ ਸੰਭਾਲ ਕਰਨੀ ਸ਼ੁਰੂ ਕਰਤੀ। ਓਬਜੈਕਟਿਵ ਇਹ ਸੀ ਕਿ ਅਸੀਂ ਇੰਨਿਆਂ ਨੂੰ ਪਾਲ ਤਾਂ ਨਹੀਂ ਸਕਦੇ, ਪਰ ਜਿਹੜੇ ਪਰਿਵਾਰਾਂ ਦੇ ਵਿੱਚ ਆਤਮ ਹੱਤਿਆ ਹੋ ਜਾਏ, ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਬੱਚੇ ਹੋਣ, ਉਹਨਾਂ ਨੂੰ ਅਸੀਂ 1500 ਰੁਪਇਆ ਮਹੀਨਾ ਦੇ ਦਿੰਦੇ ਹਾਂ। ਮੇਰਾ ਪਤੀ ਗੁਰਜੰਟ ਸਿੰਘ, ਅੱਜ ਤੋਂ 18 ਸਾਲ ਪਹਿਲਾਂ ਉਹਦੀ ਮੌਤ ਹੋ ਗਈ ਅਤੇ ਉਹ ਸਪਰੇ ਪੀ ਕੇ ਮਰ ਗਏ ਕਰਜ਼ੇ ਦੇ ਕਾਰਨ। ਉਸ ਤੋਂ ਬਾਅਦ ਵੀ ਇਹ ਜੇਜੀ ਸਾਹਿਬ ਦੇ ਕੋਲ ਅਸੀਂ ਲੱਗੇ, ਇਹਨਾਂ ਨੇ ਸਾਡੀ ਬਹੁਤ ਮਦਦ ਕਰੀ, ਬਹੁਤ ਜ਼ਿਆਦਾ। ਮੇਰੇ ਬੱਚਿਆਂ ਨੂੰ ਵੀ ਪੜ੍ਹਾਇਆ ਲਿਖਾਇਆ, ਪਰਿਵਾਰ ਦਾ ਗੁਜ਼ਾਰਾ ਅਸੀਂ ਵੀ ਦਿਹਾੜੀ ਮਨਜ਼ੂਰੀ ਕਰ ਰਹੇ ਹਾਂ। ਮੈਂ ਖੁਦ ਕਰਿਆ ਕੰਮ ਦਿਹਾੜੀ ਦਾ, ਨਰਮਾ ਚੁੱਕਿਆ ਆਪਦੇ ਹੀ ਦਿਓਰ ਜੇਠਾਂ ਦੇ ਮੂਹਰੇ ਨਰਮੇ ਚੁੱਕ ਕੇ ਆਏ ਹਾਂ, ਅਤੇ ਲਾਗੀਆਂ ਵਾਂਗੂ ਅਸੀਂ 4 ਰੋਟੀਆਂ ਵੀ ਫੜ ਕੇ ਖਾਧੀਆਂ ਨੇ ਆਪਦੇ ਤਰੀਕੇ ਤੋਂ। ਵੀ ਔਖਾ ਬਹੁਤ ਹੈ। ਬਾਕੀ ਮੇਰੇ 4 ਪ੍ਰੇਸ਼ਨ ਹੋ ਗਏ, ਬਹੁਤ ਜ਼ਿਆਦਾ ਪੈਸਾ ਮੇਰੇ ਪ੍ਰੇਸ਼ਨਾਂ 'ਤੇ ਵੀ ਲੱਗ ਗਿਆ। ਹੱਥ ਬੰਨ ਕੇ ਬੇਨਤੀ ਹੈ, ਹੋ ਸਕਦਾ ਤਾਂ ਮੇਰੀ ਕੋਈ ਮਦਦ। ਮਤਲਬ ਇਹ ਸੀ ਕਿ ਤੁਸੀਂ ਬੱਚੇ ਨੂੰ ਕਿਸੇ ਸਕੂਲ 'ਚ ਪਾਉਣਾ ਪਾਓ, ਪਰ ਪੜ੍ਹਦੇ ਰੱਖੋ। ਸਾਡੀ ਇਹ ਹੋਪ ਸੀਗੀ ਕਿ ਜੇ 10+2 ਕਰ ਲਈ ਇਹ ਕਮਾਈ ਯੋਗ ਹੋ ਜਾਣਗੇ। ਪੰਜਾਬ ਡਿਪੈਂਡੈਂਟ ਸੀਗਾ ਐਗਰੀਕਲਚਰ 'ਤੇ, ਐਗਰੀਕਲਚਰ ਖੋਲ੍ਹੀ। 27% ਆਜ਼ਾਦੀ ਦੇ ਟਾਈਮ 'ਤੇ ਆਰਮੀ ਦੇ ਵਿੱਚ ਪੰਜਾਬ ਦੀ ਰਿਕਰੂਟਮੈਂਟ ਸੀ, ਉਹ ਹੁਣ ਅੱਜ 1% ਰਹਿ ਗਈ। ਫੌਜ ਦੀ ਤੁਸੀਂ ਖੋਲ੍ਹੀ, ਐਜੂਕੇਸ਼ਨ ਖੋਲ੍ਹੀ, ਐਜੂਕੇਸ਼ਨ ਸੈਂਟਰਲ ਸਬਜੈਕਟ ਬਣਾ ਲਿਆ, ਤਾਂ ਕਿਸਾਨ ਵਿਚਾਰੇ ਪੜ੍ਹਦੇ ਰਹੇ। ਤਾਂ ਇਹਨਾਂ ਨੂੰ ਅਸੀਂ ਕਰਦੇ ਹਾਂ ਕਿ ਇਹਨਾਂ ਨੂੰ ਪੜ੍ਹਾ ਦੇਈਏ 10+2 ਤਾਏ, ਉਹਦੇ ਬਾਅਦ ਇਹ ਪੈਰਾਂ 'ਤੇ ਖੜ੍ਹੇ ਹੋ ਸਕਦੇ। ਇਹ 100 ਪਿੰਡਾਂ ਦੇ ਵਿੱਚ ਕੋਈ ਕਾਲਜ ਨਹੀਂ ਸੀ, ਤਾਂ ਅਸੀਂ ਇੱਕ ਕਾਲਜ ਚਾਲੂ ਕਰ ਲਿਆ, ਉਹ ਵੀ ਚੈਰੀਟੇਬਲ ਬਾਬਾ ਨਾਨਕ ਦੀ ਚੈਰੀਟੇਬਲ ਇੰਸਟੀਟਿਊਸ਼ਨ ਬਣਾ ਕੇ ਕਾਲਜ ਚਾਲੂ ਕਰ ਲਿਆ। ਸਾਡੇ ਪਾਸ ਕੋਈ 1500 ਤੋਂ 900 ਬੱਚੇ ਆਉਂਦੇ ਰਹਿੰਦੇ ਨੇ। ਉਹ 'ਚ ਹੈਗਾ ਜਿਹੜੇ ਸ਼ਡਿਊਲ ਕਾਸਟ ਹੈ ਉਹ ਮੁਫਤ ਹੈ। ਹੁਣ ਸਰਕਾਰ ਤਾਂ ਪੈਸੇ ਦਿੰਦੀ ਹੈ, ਪਰ ਪ੍ਰਾਈਵੇਟ ਕਾਲਜ ਸ਼ਡਿਊਲ ਕਾਸਟ ਨੂੰ ਨਹੀਂ ਰਹਿ ਲਏ। ਪਰ ਮੇਰੇ ਪਾਸ ਅਜੇ ਵੀ 25% ਸ਼ਡਿਊਲ ਕਾਸਟ ਫਰੀ ਜਾ ਰਹੇ ਨੇ। ਅਤੇ ਮੈਂ BA ਫਾਈਨਲ ਦੇ ਵਿੱਚ ਪੜ੍ਹਦੀ ਹਾਂ, ਅਤੇ ਜੋ ਮਤਲਬ ਮੇਰੀ ਕਾਲਜ ਦੀ ਫੀਸ ਹੈ ਉਹ JG ਸਰ ਵੱਲੋਂ ਮਾਫ਼ ਕੀਤੀ ਹੋਈ ਹੈ, ਅਤੇ ਉਸ ਤੋਂ ਪਹਿਲਾਂ ਇੱਥੇ ਮੇਰੀ ਭੈਣ ਪੜ੍ਹ ਕੇ ਗਈ ਹੈ, ਮੇਰੇ ਤੋਂ ਵੱਡੀ ਸੀ, ਜੋ ਉਸਦਾ ਵੀ ਖਰਚਾ ਮਾਫ਼ ਸੀਗਾ। ਮੈਂ ਕੰਮ ਕਰ ਰਿਹਾ ਜਸਬੀਰ ਸਿੰਘ JG ਕਾਲਜ ਗੁਰਨੇ ਕਲਾਂ ਦੇ ਵਿੱਚ 2009 ਤੋਂ ਲੈ ਕੇ ਹੁਣ ਤੱਕ। ਇਸ ਕਾਲਜ ਦੀ ਸਥਾਪਨਾ 2003 ਦੇ ਵਿੱਚ ਹੋਈ। ਉਸ ਸਮੇਂ ਦੇ ਦੌਰਾਨ ਇਸ ਕਾਲਜ ਦੇ ਵਿੱਚ, ਇਸ ਕਾਲਜ ਦੇ ਨੇੜੇ ਇਸ ਏਰੀਏ ਦੇ ਵਿੱਚ ਕੋਈ ਕਾਲਜ ਨਹੀਂ ਸੀ। ਇਹ ਕਾਲਜ ਸਰਦਾਰ ਇੰਦਰਜੀਤ ਸਿੰਘ ਜੀ JG, ਜਿਨ੍ਹਾਂ ਨੇ ਦੇਖਿਆ ਕਿ ਆਪਣੇ ਏਰੀਏ ਦੇ ਵਿੱਚ ਕੋਈ ਵੀ ਕਾਲਜ ਨਹੀਂ ਹੈ, ਇਹ ਉਹਨਾਂ ਦੀ ਦੇਣ ਹੈ। 2000 ਤੋਂ ਲੈ ਕੇ ਅੱਜ ਤੱਕ ਸਾਡੇ ਹਲਕੇ ਦੇ ਵਿੱਚ ਤਕਰੀਬਨ 2500 ਦੇ ਕਰੀਬ ਸੁਸਾਈਡਸ ਹੋਈਆਂ ਨੇ ਸਾਡੇ ਡਾਟੇ ਦੇ ਅਨੁਸਾਰ। ਸਾਡੇ ਕੋਲ ਇਸ ਕਾਲਜ ਦੇ ਵਿੱਚ ਸੁਸਾਈਡ ਫੈਮਿਲੀ ਦੇ ਜੋ ਬੱਚੇ ਪੜ੍ਹ ਰਹੇ ਨੇ, ਸਟੱਡੀ ਕਰ ਰਹੇ ਨੇ, 600 ਪਰਿਵਾਰਾਂ ਦੇ ਵਿੱਚੋਂ ਲਗਭਗ ਹਰ ਸਾਲ 25 ਤੋਂ 30 ਦੇ ਵਿਚਕਾਰ ਸਾਡੇ ਕੋਲ ਫਰੀ ਆਫ ਕੋਸਟ ਐਜੂਕੇਸ਼ਨ ਲੈ ਰਹੇ ਨੇ। ਸਾਡੀ ਜਿਹੜੀ ਟੀਮ ਹੈ ਕਾਲਜ ਦੀ, ਵੈਸੇ ਮੇਰਾ ਕੰਮ ਕਾਲਜ ਦਾ, ਕਾਲਜ ਦੇ ਵਿੱਚ ਮੇਰੇ ਕੋਲ ਸਾਰਾ ਡਾਟਾ ਆਉਂਦਾ। ਸਾਡੇ ਫੀਲਡ ਵਰਕਰ ਨੇ 4, ਜਿਨ੍ਹਾਂ ਕੋਲ 40-40 ਪਿੰਡ ਅਸੀਂ ਡਿਵਾਈਡ ਕੀਤੇ ਹੋਏ ਨੇ। ਘੱਗਰ ਦਾ ਏਰੀਆ, ਇੱਧਰ ਬੇਟਾ ਸਾਈਡ ਦਾ ਏਰੀਆ,
ਅਤੇ ਇੱਧਰ ਸਾਡਾ ਆਪਣਾ ਲਹਿਰਾ ਅਤੇ ਸੁਨਾਮ ਸਾਈਡ ਦਾ ਏਰੀਆ। ਸਾਡੇ ਕੋਲ ਲਗਭਗ 135 ਵਿਲੇਜ ਨੇ ਲਹਿਰਾ, ਮੂਣਕ ਅਤੇ ਖਨੌਰੀ ਹਲਕੇ ਦੇ ਵਿੱਚ। ਸਾਡੀ ਟੀਮ, ਸਾਡੇ ਫੀਲਡ ਵਰਕਰ ਜਦੋਂ ਏਰੀਏ ਦੇ ਵਿੱਚ ਜਾਂਦੇ ਨੇ, ਜਾ ਕੇ ਦੇਖਦੇ ਨੇ ਕਿ ਬਹੁਤ ਹੀ ਤਰਸਯੋਗ ਹਾਲਤ ਹੁੰਦੀ ਹੈ, ਜੋ ਇਸ ਤਰ੍ਹਾਂ ਦੀਆਂ ਫੈਮਿਲੀਜ਼ ਹੁੰਦੇ ਨੇ, ਸਾਨੂੰ ਦੇਖ ਕੇ ਖੁਦ ਅਸੀਂ ਰੋਣ ਸਾਡਾ ਆ ਜਾਂਦਾ ਫੈਮਿਲੀ ਨੂੰ ਦੇਖ ਕੇ। ਇਹਦਾ ਮਤਲਬ ਸੀ ਕਿ ਐਜੂਕੇਸ਼ਨ ਵਧਾ ਦਿਓ ਜਿਹਦੇ ਨਾਲ ਉਹ ਪੈਰਾਂ 'ਤੇ ਖੜ੍ਹੇ ਹੋ ਜਾਣ। ਹੁਣ ਥੋੜ੍ਹੀ ਜਿਹੀ ਦਿੱਕਤ ਇਹ ਆ ਗਈ ਕਿ ਸਾਰੇ ਪੰਜਾਬ 'ਚ ਹਾਲਤ ਬਹੁਤ ਵਿਗੜ ਰਹੀ ਹੈ, ਲੋਕ ਪੰਜਾਬ 'ਚੋਂ ਭੱਜ ਰਹੇ ਨੇ। ਕੋਈ ਅਮਰੀਕਾ ਕੈਨੇਡਾ ਜਾ ਰਿਹਾ, ਕੋਈ ਯੂ ਐੱਸ ਏ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ, ਜਿੱਥੇ ਜਿਹੜੇ ਵੀ ਜਾ ਸਕਦੇ ਨੇ ਪੰਜਾਬ 'ਚੋਂ ਨਿਕਲ ਰਹੇ ਨੇ। ਤਾਂ ਸਿਚੁਏਸ਼ਨ ਦਿਨ ਬ ਦਿਨ ਗ੍ਰਿਮ ਹੁੰਦੀ ਜਾ ਰਹੀ ਹੈ। ਇਹਦੀ ਜ਼ਿੰਮੇਵਾਰ ਕੋਈ ਸੋਚਣ ਦੀ ਗੱਲ ਨਹੀਂ ਹੈ, ਇਹਦੀ ਜ਼ਿੰਮੇਵਾਰ ਸੈਂਟਰਲ ਸਰਕਾਰ ਹੈ। ਸੈਂਟਰਲ ਸਰਕਾਰ ਨੇ ਇਹ ਕਿਉਂ ਕੀਤਾ, ਕਿਉਂ ਇਹਨਾਂ ਨੇ ਲੈਂਡ ਸੀਲਿੰਗ ਲਾਈ? ਜਿਹੜੀਆਂ ਵੀ ਸਰਕਾਰਾਂ ਪੰਜਾਬ 'ਚ ਹਿੰਦੁਸਤਾਨ ਦੇ ਆਜ਼ਾਦੀ ਦੇ ਬਾਅਦ ਆਈਆਂ ਨੇ, ਉਹਨਾਂ ਸਰਕਾਰਾਂ ਨੂੰ ਪੈਸੇ ਦੀ ਲੋੜ ਪੈਂਦੀ ਰਹੀ ਹੈ। ਕਾਂਗਰਸ ਨੂੰ ਬਿਰਨੇ ਨੇ ਪਾਲਿਆ ਸੀ, ਦੂਜਿਆਂ ਨੇ ਪਾਲਿਆ ਸੀ। ਜੋ ਬਿਰਲਾ ਕਹਿੰਦਾ, ਜੋ ਉਹਨਾਂ ਦੇ ਕੋਪਰੇਟ ਸੈਕਟਰ ਵਾਲੇ ਗੁਜਰਾਤ ਦੇ ਮਾਰਵਾੜੀ ਕਹਿੰਦੇ ਨੇ, ਉਹੀ ਕਰਦੇ ਨੇ, ਕਿਉਂਕਿ ਪਾਰਟੀਆਂ ਨੂੰ ਫੰਡ ਉਹ ਕਰਦੇ ਨੇ। ਹੁਣ ਵੀ ਜਦ ਮਿਸਟਰ ਮੋਦੀ ਆ ਗਏ, ਉਸ ਇਹ ਆਪ ਹੀ ਉੱਥੇ ਦੇ ਹੈ ਗੁਜਰਾਤ ਦੇ, ਉਹਨਾਂ ਦੇ ਕਹੇ ਦੇ ਹੈ, ਜਿਵੇਂ ਉਹ ਕਰਦੇ ਹੈ ਕੋਪਰੇਟ ਸੈਕਟਰ ਵਾਲੇ, ਉਹ ਇਹੀ ਕਰਦਾ। ਇੰਨੇ ਮਰ ਰਹੇ ਹੈ, ਜਿਵੇਂ ਤੁਸੀਂ ਦੇਖਿਆ ਹੋਣਾ ਕਿ 6 ਦੀ ਤਾਂ ਅਸੀਂ ਗਿਣਤੀ ਦੱਸੀ, 15 ਦਿਨ 'ਚ ਸਾਡੇ ਪਿੰਡਾਂ 'ਚ ਭਰੇ 130 ਪਿੰਡਾਂ 'ਚ। ਪੰਜਾਬ 'ਚ ਆਏਗੇ 12,600 ਪਿੰਡ, ਕਿੰਨੇ ਮਰੇ ਹੋਣੇ ਆ? ਇਹ 6 ਇੱਕ ਮਹੀਨੇ 'ਚ ਮਰੇ ਹੈ। ਇਸ ਢੰਗ ਨਾਲ ਲੋਕ ਮਰ ਰਹੇ ਹੈ, ਪਰ ਮੋਦੀ ਬੋਲ ਨਹੀਂ ਰਿਹਾ। ਉਹਦੀ ਆਸ ਹੈ ਕਿ ਇਹ ਕਿਸਾਨ ਉੱਜੜ ਕੇ ਚਲੇ ਜਾਣਗੇ, ਮਜ਼ਦੂਰ ਉੱਜੜ ਕੇ ਚਲੇ ਜਾਣਗੇ, ਜ਼ਮੀਨਾਂ ਖਾਲੀ ਹੋ ਜਾਣਗੀਆਂ, ਕਾਰਪੋਰੇਟ ਸੈਕਟਰ ਨੂੰ ਮਿਲ ਜਾਣਗੀਆਂ, ਫੈਕਟਰੀਆਂ 'ਚ ਇਹ ਟਰੈਕਟਰਾਂ ਔਰ ਮਸ਼ੀਨਾਂ ਨਾਲ ਚਲਾਉਣਗੇ। ਸਮਝੋ ਤੁਹਾਡੇ ਪਾਸ 20,000 ਕਿੱਲਾ, 6 ਬੰਦੇ ਟਰੈਕਟਰਾਂ ਮਸ਼ੀਨਾਂ ਨਾਲ ਚਲਾ ਸਕਦੇ ਨੇ, ਪਰ ਇਹਦਾ ਮਤਲਬ ਤਿੰਨ ਪੰਜਾਬ ਦੇ ਪਿੰਡ ਉੱਜੜ ਗਏ। ਉਹ ਬੰਦੇ ਕਿੱਥੇ ਜਾਣਗੇ? ਉਹ ਆਤਮ ਹੱਤਿਆ ਕਰ ਰਹੇ ਨੇ ਜਾਂ ਬਾਹਰ ਭੱਜ ਰਹੇ ਨੇ? ਇਹ ਸਿਚੁਏਸ਼ਨ ਹੈਗੀ ਜਿਹਦੀ ਰਿਸਪੋਂਸਿਬਲ ਪਹਿਲਾਂ ਕਾਂਗਰਸ ਸੀ, ਹੁਣ ਮੋਦੀ ਸਰਕਾਰ ਹੈ। ਖੁਦਕੁਸ਼ੀਆਂ ਤਾਂ ਵੱਧਦੀਆਂ ਜਾ ਰਹੀਆਂ ਨੇ, ਪਰ ਪੰਜਾਬ ਸਰਕਾਰ ਤਾਂ ਕੁਛ ਕਰ ਨਹੀਂ ਸਕਦੀ। ਪੈਸਾ ਤਾਂ ਦਿੱਲੀ ਨੂੰ ਆਉਣਾ ਹੈ, ਪੰਜਾਬ ਸਰਕਾਰ ਨੂੰ ਵੀ ਪੈਸਾ ਦਿੱਲੀ ਨੂੰ ਆਉਣਾ ਹੈ। ਥੋੜ੍ਹਾ ਬਹੁਤਾ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਮਜ਼ਦੂਰਾਂ ਨੂੰ ਥੋੜ੍ਹਾ ਬਹੁਤਾ ਦੇ ਦਿੰਦਾ, ਉਹਦੇ ਨਾਲ ਤਾਂ ਕਰਜ਼ਾ ਨਹੀਂ ਉਤਰਦਾ, ਉਹਦੇ ਨਾਲ ਤਾਂ ਢਿੱਡ ਨਹੀਂ ਭਰਨਾ। ਜੇ 15-15 ਲੱਖ ਕਰਜ਼ਾ ਚੜ੍ਹਿਆ ਔਰ ਤੁਸੀਂ ਉਹਨੂੰ 25-25, 30-30 ਹਜ਼ਾਰ ਰੁਪਇਆ ਦੇ ਤਾ, ਉਹਦੇ ਨਾਲ ਕੋਈ ਸਹਾਰਾ ਹੋਇਆ? ਥੋੜ੍ਹੇ ਜਿਹੇ ਦਿਨ ਬਚ ਜਾਣਗੇ। ਮੋਦੀ ਸਰਕਾਰ ਨੇ ਇੱਕ ਪੈਸਾ ਨਹੀਂ ਦਿੱਤਾ। ਜਿਹੜੀਆਂ ਦੱਖਣ ਦੀਆਂ ਸਰਕਾਰਾਂ ਸੀਆਂ 2009 ਦੇ ਵਿੱਚ, ਜਦ ਉੱਥੇ ਆਤਮ ਹੱਤਿਆ ਹੋਈਆਂ, ਉਹਨਾਂ ਦੇ ਸਾਰੇ ਕਰਜ਼ੇ ਮਾਫ਼ ਕੀਤੇ ਗਏ। ਤੁਸੀਂ ਪੰਜਾਬ ਦੇ ਕਿਉਂ ਨਹੀਂ ਕਰਦੇ? ਹਰਿਆਣੇ ਦੇ ਕਿਉਂ ਨਹੀਂ ਕਰਦੇ? ਜਦ ਮੈਂ ਸਿਆਸਤ ਦੇ ਵਿੱਚ ਆਇਆ ਤਾਂ ਮੇਰਾ ਖਿਆਲ ਸੀ ਕਿ ਅਸੀਂ ਸਿਚੁਏਸ਼ਨ ਕੰਟਰੋਲ ਕਰ ਲਾਂਗੇ, ਪਰ ਉਸ ਵੇਲੇ ਅਸੀਂ ਇਕੱਠੇ ਸੀ, ਲੌਂਗੋਵਾਲ ਨੇ, ਚੀਫ ਮਿਨਿਸਟਰ ਸੀਗਾ ਬਲਵੰਤ ਸਿੰਘ, ਫਾਈਨਾਂਸ ਮਿਨਿਸਟਰ ਸੀ ਬਲਵੰਤ ਸਿੰਘ ਮੇਰੇ ਨਜ਼ਦੀਕ ਸੀ, ਅਸੀਂ ਇਕੱਠੇ ਸੀ, ਪਰ ਉਹ ਤਾਂ ਬਗੈਰ ਪਾਰਟੀ ਨੂੰ ਕੌਨਫੀਡੈਂਸ ਲਏ ਬਰਨਾਲਾ ਸੈਂਟਰ ਸਰਕਾਰ ਨਾਲ ਰਲ ਕੇ ਦਰਬਾਰ ਸਾਹਿਬ 'ਤੇ ਦੂਜਾ ਅਟੈਕ ਕਰਾਇਆ। ਉਹ ਦੂਜੇ ਅਟੈਕ 'ਤੇ ਔਰ ਕਈ ਬੰਦੇ ਮਾਰੇ। ਦੂਜਾ ਅਟੈਕ ਕਰਨ ਕਰਕੇ ਅਕਾਲੀ ਦਲ ਸਪਲਿਟ ਹੋ ਗਿਆ, ਤਾਂ ਅਸੀਂ ਅਕਾਲੀ ਦਲ ਨੂੰ ਅਲੱਗ ਹੋ ਗਏ। ਤਾਂ ਉਦੋਂ ਕੋਸ਼ਿਸ਼ ਤਾਂ ਕਰ ਰਹੇ ਸੀ, ਪੋਲੀਟਿਕਸ ਮੈਂ ਦਿੱਤੀ ਸਾਡੇ, ਮੈਂ ਦੇਖਿਆ ਕਿ ਜਿਹੜੇ ਬੰਦੇ ਇਹ ਮਾਰ ਰਹੇ ਹੈ ਇਹਨਾਂ ਨੂੰ ਬਚਾਓ। ਫਿਰ ਸਿਆਸਤ ਛੱਡ ਕੇ ਮੈਂ ਬੰਦੇ ਬਚਾਉਣ ਦੇ ਪਿੱਛੇ ਲੱਗ ਗਿਆ, ਜਿੱਥੇ ਜਿੱਥੇ ਮਾਰ ਰਹੇ ਸੀ ਉੱਥੇ ਪਹੁੰਚ ਜਾਣਾ। ਤਾਂ ਸਾਡੇ ਘੱਟ ਲੋਕ ਇਹਨਾਂ ਨੇ ਮਾਰੇ, ਸਾਡੇ ਇਲਾਕੇ 'ਚ ਸਭ ਤੋਂ ਘੱਟ ਮਾਰੇ, ਕਿਉਂਕਿ ਉੱਥੇ ਜਿੱਥੇ ਵੀ ਜਾਂਦੇ ਸੀ ਪਹੁੰਚ ਜਾਂਦੇ ਸੀ, ਦੁਨੀਆਂ 'ਚ ਜ਼ਿਆਦਾ ਮਾਰੇ। 15 ਵਾਰੀ ਮੈਨੂੰ ਜੇਲ੍ਹ 'ਚ ਲੈ ਗਏ, ਗ੍ਰਿਫਤਾਰ ਕੀਤਾ, 6 ਵਾਰੀ ਮੈਨੂੰ ਜੇਲ੍ਹ 'ਚ ਰੱਖਿਆ। ਤਾਂ ਪਰ ਸਿਚੁਏਸ਼ਨ ਬਦਲਦੀ ਗਈ, ਬਜਾਏ ਲੋਕ ਡਰਨ ਦੇ ਤਕੜੇ ਹੁੰਦੇ ਗਏ। ਇਵੈਂਚੁਅਲੀ ਵਰਲਡ ਹਿਊਮਨ ਕਾਨਫਰੰਸ ਹੋਈ 1993, ਮੈਂ ਉਹਨਾਂ ਦਿਨਾਂ 'ਚ ਜਾ ਕੇ ਸਹਾਇਤਾ ਲੈਂਦਾ ਸੀਗਾ ਅਮਰੀਕਾ ਦੀ, ਇੰਗਲੈਂਡ ਦੀ, ਉਹਨਾਂ ਦੇ ਪਾਰਲੀਮੈਂਟੇਰੀਅਨ ਨੂੰ ਮਿਲਣਾ, ਉਹਨਾਂ ਦੀ ਸਹਾਇਤਾ ਲੈਣੀ। ਸਾਨੂੰ ਸਭ ਤੋਂ ਜ਼ਿਆਦਾ ਸਹਾਇਤਾ ਦਿੱਤੀ ਅਮਰੀਕਾ ਵਾਲਿਆਂ ਨੇ, ਉਹਨਾਂ ਨੇ ਕਈ ਰੈਜ਼ੋਲਿਊਸ਼ਨ ਪਾ ਕੇ, ਪ੍ਰੈਜ਼ੀਡੈਂਟ ਨੇ 60-60 ਕਾਂਗਰਸਮੈਨ ਦੇ ਰੈਜ਼ੋਲਿਊਸ਼ਨ ਪਾ ਕੇ
ਦਿੱਲੀ ਸਰਕਾਰ ਨੂੰ ਭੇਜੇ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਇੱਥੇ ਇੰਨੀਆਂ ਮਾਰੀਆਂ ਜਾ ਰਹੀਆਂ ਨੇ ਇਹ ਬੰਦ ਕਰੋ। ਤਾਂ ਮੈਂ ਬਾਹਰ ਕੰਮ ਕਰਦਾ ਰਿਹਾ ਅਮੈਰੀਕਾ 'ਚ ਯੂਰਪ 'ਚ। ਜਦ ਮੈਂ ਅਖੀਰਲੀ ਵਾਰੀ ਗਿਆ 93 'ਚ ਬਾਹਰ ਸੀ, ਬ੍ਰਿਟਿਸ਼ ਪਾਰਲੀਮੈਂਟ ਦਾ ਲਾਰਡ ਏਵਰੀ ਸੀਗਾ ਹਿਊਮਨ ਰਾਈਟਸ ਦਾ ਚੇਅਰਮੈਨ, ਉਹਨੇ ਮੈਨੂੰ ਇਨਵਾਈਟ ਕੀਤਾ। ਮੈਂ ਉਹਨਾਂ ਦੀ ਪਾਰਲੀਮੈਂਟ ਨੂੰ ਜਾ ਕੇ ਦੱਸਿਆ ਕਿ ਕੀ ਕੁਛ ਹੋ ਰਿਹਾ। ਉਹਨੇ ਮੇਰੀ ਸਪੀਚ ਐਪਰੀਸ਼ੀਏਟ ਕੀਤੀ, ਕਹਿੰਦਾ ਦੂਜੇ ਪੋਲੀਟੀਸ਼ਨ ਵਾਲਿਆਂ ਗੱਲ ਵਧਾ ਕੇ ਕਰ ਰਹੇ ਹੈ, ਤੁਸੀਂ ਫੈਕਚੁਅਲੀ ਸਪੋਰਟ ਕਰ ਰਹੇ ਹੋ। ਉਹਨੇ ਕਿਹਾ ਯੋਰ ਸਪੀਚ ਵਾਜ ਵੈਰੀ ਗੁੱਡ, ਉਹਨੇ ਮੇਰੀ ਅਰੇਂਜ ਕਰਤੀ ਮਾਈ ਟਾਕ ਵਿਦ ਦ ਯੂਨਾਈਟਿਡ ਨੇਸ਼ਨਸ। ਮੈਂ ਜਨੀਵਾ ਚਲਿਆ ਗਿਆ, ਉਹਨਾਂ ਨੂੰ ਦੱਸਿਆ ਕੀ ਪੰਜਾਬ 'ਚ ਹੋ ਰਿਹਾ। ਫਿਰ ਉਹਨੇ ਮੇਰੀ ਜਰਮਨ ਪਾਰਲੀਮੈਂਟ ਨਾਲ ਕਰਤੀ, ਮੈਂ ਜਰਮਨੀ ਚਲਿਆ ਗਿਆ। ਫਿਰ ਡੱਚ ਪਾਰਲੀਮੈਂਟ ਨਾਲ ਕਰਤੀ, ਮੈਂ ਡੱਚ 'ਚ ਕਰ ਲਿਆ। ਇਹਨਾਂ ਸਾਰਿਆਂ ਨੂੰ ਮਿਲ ਕੇ 93 'ਚ ਮੈਂ ਵਾਪਸ ਆਇਆ ਲੰਡਨ, ਆ ਕੇ ਮੈਂ ਲਾਰਡ ਏਵਰੀ ਨੂੰ ਥੈਂਕ ਯੂ ਕਰਨ ਗਿਆ। ਇਹਨੇ ਨੂੰ ਯੂਨਾਈਟਿਡ ਨੇਸ਼ਨ ਨੇ ਅਨਾਊਂਸ ਕਰਤਾ ਕਿ ਅਸੀਂ ਵਰਲਡ ਹਿਊਮਨ ਰਾਈਟ ਕਾਨਫਰੰਸ ਕਰ ਰਹੇ ਹਾਂ ਜਨੀਵਾ। ਡੇਢ ਮਹੀਨਾ ਰਹਿ ਗਿਆ ਸੀ ਤਾਂ ਲਾਰਡ ਏਵਰੀ ਮੈਨੂੰ ਕਹਿੰਦਾ ਤੁਹਾਡੀ ਪਲੈਨ ਕੀ ਹੈ? ਮੈਂ ਕਿਹਾ ਜੀ ਡੇਢ ਮਹੀਨਾ ਪਿਆ, ਮੈਂ ਇੰਡੀਆ ਚਲਿਆ ਜਾਊਂ। ਮੇਰੇ ਪਾਸ ਯੂਨਾਈਟਿਡ ਨੇਸ਼ਨ ਦਾ ਇਨਵੀਟੇਸ਼ਨ ਆ ਗਿਆ ਅਤੇ ਉਦੋਂ ਮੈਂ ਵਾਪਸ ਆ ਜੂੰ। ਅਤੇ ਮੈਨੂੰ ਲਾਰਡ ਏਵਰੀ ਐਲਡਰਲੀ ਬੰਦਾ ਸੀ, ਕਹਿੰਦਾ ਯੂ ਵਾਂਟ ਐਨ ਓਲਡ ਮੈਨਸ ਐਡਵਾਈਸ, ਤੁਹਾਡੀ ਗੌਰਮੈਂਟ ਨੇ ਤੁਹਾਨੂੰ ਵਾਪਸ ਨਹੀਂ ਆਉਣ ਦੇਣਾ। ਤਾਂ ਡੇਢ ਮਹੀਨਾ ਮੈਂ ਇੰਗਲੈਂਡ 'ਚ ਹੀ ਰਿਹਾ। ਜਦ ਤਾਈਂ ਵਰਲਡ ਕਾਨਫਰੰਸ ਨਹੀਂ ਹੋਈ, ਉੱਥੋਂ ਸਿੱਧਾ ਮੈਂ ਵਰਲਡ ਕਾਨਫਰੰਸ ਗਿਆ ਜਿੱਥੇ ਸਾਰੇ ਕੰਟਰੀਜ਼ ਦੇ ਬੰਦੇ ਪਹੁੰਚੇ ਸੀ ਔਨ ਹਿਊਮਨ ਰਾਈਟਸ। ਉੱਥੇ ਇੰਨਾ ਜ਼ੋਰ ਸ਼ੋਰ ਦੇ ਨਾਲ ਮਚਾਇਆ ਜੋ ਪਿਸ਼ਾਬ ਦੇ ਖਿਲਾਫ਼, ਪੰਜਾਬੀ ਅਕਿਲਿੰਗ ਦੇ ਖਿਲਾਫ਼, ਕਿ ਪੰਜਾਬ ਨੂੰ ਐਮਰਜੈਂਸੀ ਬੰਦ ਕਰਨੀ ਪਈ 94 'ਚ ਸਰਕਾਰ ਬਣ ਕੇ। ਉਹ ਐਮਰਜੈਂਸੀ ਦੇ ਬਾਅਦ, ਐਮਰਜੈਂਸੀ ਦੇ ਵੇਲੇ ਅਸੀਂ ਦੇਖਣ ਚਲੇ ਜਿਹਨੇ ਮਾਰਦੇ ਉਹਨਾਂ ਨੂੰ ਬਚਾਉਂਦੇ ਸੀ, ਉਹਨਾਂ ਦੇ ਕੇਸਿਸ ਲੈ ਲੈਂਦੇ ਸੀ। ਫਿਰ ਅਸੀਂ ਦੇਖਿਆ ਕਿ ਕਿਸਾਨ ਮਜ਼ਦੂਰ ਮਰ ਰਹੇ ਹੈ। ਇੱਕ ਵਾਰੀ ਮੈਂ ਨਹਿਰ 'ਤੇ ਗਿਆ, ਮੈਨੂੰ ਲਾਸ਼ਾਂ ਮਿਲ ਗਈਆਂ ਭਾਖਲਾ 'ਚ। ਉੱਥੇ ਮੈਂ ਪੁੱਛਿਆ, ਮੈਂ ਕਿਹਾ ਲਾਸ਼ਾਂ ਕਿਵੇਂ ਆਈਆਂ? ਕਹਿੰਦਾ ਜੀ ਇੱਥੇ ਤਾਂ ਹਰ ਰੋਜ਼ ਹੀ ਲਾਸ਼ਾਂ ਆਉਂਦੀਆਂ ਨੇ। ਮੈਂ ਪਿੰਡਾਂ 'ਚ ਗਿਆ, ਅਸੀਂ ਦੇਖਿਆ ਕਿ ਆਤਮ ਹੱਤਿਆ ਹੋ ਰਹੀ ਹੈ। ਫਿਰ ਸਾਨੂੰ ਪਤਾ ਲੱਗਿਆ ਕਿ ਕਿਸਾਨ ਔਰ ਮਜ਼ਦੂਰ ਔਰ ਪਿੰਡ ਦੇ ਲੋਕ ਜਿਉਂ ਨਹੀਂ ਸਕਦੇ। ਫਿਰ ਅਸੀਂ ਉਹਨਾਂ ਦੀਆਂ ਡਿਟੇਲਸ ਲੈਣੀਆਂ ਸਾਗੇ, ਉਹਨਾਂ ਦੇ ਬੱਚੇ ਸੰਭਾਲਣ ਲੱਗ ਗਏ। ਜਦ ਅਸੀਂ ਕਿਸਾਨ ਮਜ਼ਦੂਰਾਂ ਦੇ ਬੱਚੇ ਸੰਭਾਲਦੇ ਸੀ, ਸਾਨੂੰ ਪਤਾ ਲੱਗਿਆ ਕਿ ਕਈ ਸ਼ਾਹੂਕਾਰਾਂ ਦੇ ਨੇ ਵੀ ਆਤਮ ਹੱਤਿਆ ਕੀਤੀ ਹੈ। ਇੱਕ ਲਹਿਰੇ ਦੇ 4 ਬਾਣੀਏ ਸ਼ਾਹੂਕਾਰ ਸੀ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ। ਤਾਂ ਅਸੀਂ ਉਹਨਾਂ ਦਾ ਪਤਾ ਲਿਆ। ਇੱਕ ਨੇ ਲਹਿਰੇ ਦੇ ਕੋਲ ਨਹਿਰ ਜਾਂਦੀ ਹੈ, ਸਾਰਿਆਂ ਦੇ ਸਾਹਮਣੇ ਗਿਆ, ਛਾਲ ਮਾਰੀ, ਮਰ ਗਿਆ। ਉਹਦੇ ਘਰ ਗਏ, ਅਸੀਂ ਰੌਲਾ ਪਾਤਾ, ਕਹਿ ਜੀ ਇਹਨੇ ਆਤਮ ਹੱਤਿਆ ਕਰਦੀ ਹੈ। ਘਰ ਵਾਲੇ ਮੁੱਕਰ ਗਏ ਕਿ ਆਤਮ ਹੱਤਿਆ ਨਹੀਂ ਕੀਤੀ। ਅਸੀਂ ਕਿਹਾ ਸਾਰਿਆਂ ਦੇ ਸਾਹਮਣੇ ਕੀਤੀ ਹੈ, ਤੁਸੀਂ ਕਿਵੇਂ ਕਹਿੰਦੇ ਹੋ ਨਹੀਂ ਕੀਤੀ? ਉਹ ਫਿਰ ਸਾਨੂੰ ਪਤਾ ਲੱਗਿਆ ਕਿ ਉਹ ਬੜੀ ਇੱਜ਼ਤ ਦਾ ਬਾਣੀਆ ਸੀ, ਉਹਦੀ ਸਾਰੇ ਇੱਜ਼ਤ ਕਰਦੇ ਸੀ, ਵੱਡਾ ਸ਼ਾਹੂਕਾਰ ਸੀ। ਜੇ ਅਸੀਂ ਕਹਿੰਦੇ ਹਾਂ ਕਿ ਉਹ ਕਰਜ਼ੇ ਕਰਕੇ ਮਰ ਗਿਆ, ਕੰਗਾਲ ਹੋ ਗਿਆ, ਤਾਂ ਉਹਦੀ ਫੈਮਿਲੀ ਦੀ ਪੁਜ਼ੀਸ਼ਨ ਡਿੱਗ ਜਾਏਗੀ। ਉਹ ਪ੍ਰਟੈਂਡ ਕਰਦੇ ਰਹੇ ਕਿ ਇਹਨੇ ਆਤਮ ਹੱਤਿਆ ਨਹੀਂ ਕੀਤੀ, ਇਹ ਡਿੱਗ ਪਿਆ। ਕਰਜ਼ਾ ਅਸੀਂ ਦੇਖ ਲਿਆ, 87 ਲੱਖ ਕਰਜ਼ਾ ਸੀ ਉਹਦੇ, ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਸੀ, ਜਿਹੜਾ ਵਾਪਸ ਨਹੀਂ ਸੀ ਹੋਇਆ। 5 ਤਾਂ ਲਹਿਰੇ 'ਚ ਹੀ ਹੋਈਆਂ ਨੇ ਇਹੀਆਂ ਜੀ ਆਤਮ ਹੱਤਿਆ। ਤਾਂ ਆਤਮ ਹੱਤਿਆ ਇਕੱਲੀ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਹੈ, ਸਾਰੇ ਦਿਹਾਤ ਦੀ ਹੈ। ਸੁਸਾਈਡ ਹੁੰਦੀਆਂ ਨੇ, ਉਹਦਾ ਮੇਨ ਇਸ ਇਲਾਕੇ ਦਾ ਕਾਰਨ ਹੈ ਗੱਗਰ ਦਰਿਆ। ਗੱਗਰ ਦਰਿਆ ਲੋਕਾਂ ਦੀ ਆਈ ਸਾਲ ਫਸਲ ਮਾਰ ਦਿੰਦਾ। ਇਸ ਸਾਲ ਵੀ 10-15 ਹਜ਼ਾਰ ਏਕੜ ਫਸਲ ਮਰੀਆਂ ਨੇ, ਲੋਕਾਂ ਨੂੰ ਹਾਲੇ ਲਗ ਉਹਦਾ ਮੁਆਵਜ਼ਾ ਨਹੀਂ ਵੀ ਦਿੱਤਾ ਨਹੀਂ ਗਿਆ ਗੌਰਮੈਂਟ ਵੱਲੋਂ। ਇੱਕ ਦੂਜੇ ਪਾਸੇ ਚੰਬੜ ਡਰੇਨ ਮਾਰਦੀ ਹੈ, ਇੰਨੀ ਸੁਸਾਈਡ ਹੁੰਦੀਆਂ ਨੇ, ਕਿਸਾਨ ਮਰੀ ਜਾਂਦਾ ਮਹਿੰਗੀਆਂ ਪੈਸਟੀਸਾਈਡ ਕਰਕੇ, ਔਰ ਕਿਸੇ ਦਾ ਜੀ ਨਹੀਂ ਕਰਦਾ ਮਰਨ ਨੂੰ। ਅਸੀਂ ਲੋਕਾਂ 'ਚ ਵਿਚਰਦੇ ਹਾਂ, ਬੜੇ ਬੜੇ ਦੁਖੀ ਨੇ ਲੋਕ। ਕਿਉਂ? ਇੱਕ ਸਾਡਾ ਇਲਾਕਾ ਬੋਰਡਰ 'ਤੇ ਹੁੰਦੇ ਹੋਏ ਇੱਥੇ ਦੀ ਜਿਹੜੀ ਜਵਾਨੀ ਹੈ ਉਹ ਨਸ਼ਿਆਂ ਵੱਲ ਤੁਰ ਪਈ ਹੈ, ਲੋਕ ਮਰੀ ਜਾਂਦੇ ਨੇ। ਔਰ ਇੱਕ ਦੂਜੀ ਮੇਰੀ ਬੇਨਤੀ ਹੈ ਸੈਂਟਰ ਗੌਰਮੈਂਟ ਨੂੰ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਤੁਹਾਡੇ ਜਿਹੜੀਆਂ ਫੈਕਟਰੀਆਂ ਸੀ ਉਹ ਤੁਸੀਂ ਕੱਢ ਕੇ ਪੰਜਾਬ ਦੀਆਂ ਦੇ ਦਿੱਤੀਆਂ ਹਰਿਆਣੇ ਹਿਮਾਚਲ ਨੂੰ, ਬਾਕੀ ਦੀਆਂ ਤੁਸੀਂ ਲੈ ਗਏ ਇੱਥੇ, ਗੰਨਾ ਮਿਲ, ਸ਼ੂਗਰ ਮਿਲ, ਸਾਰੀਆਂ ਕੱਢ ਕੇ ਲੈ ਗਏ ਬੰਗਾਲ। ਸਾਡੇ ਪਾਸ ਕੀ ਛੱਡਿਆ? ਜਿਹੜੀ ਸਾਡੀ ਤਜਾਰਤ ਹੁੰਦੀ ਸੀ ਪਾਕਿਸਤਾਨ, ਉਹ ਤੁਸੀਂ ਬਾਰਡਰ ਬੰਦ ਕਰਤਾ। ਹੁਣ ਤੁਸੀਂ ਬੰਬਈ ਤਾਂ ਜੇ ਜਾਂਦੇ ਹੋ, ਉੱਪਰ ਜਾਂਦੇ ਹੋ ਅਫਗਾਨਿਸਤਾਨ, ਜੇ ਤੁਸੀਂ ਅੰਮ੍ਰਿਤਸਰ ਤੋਂ ਜਾਓ ਕੁੱਲ 500 ਮੀਲ ਹੈ, ਨੀਚੇ ਦੀ ਜਾਓਗੇ 50,000 7-8 ਹਜ਼ਾਰ ਮੀਲ ਹੈ, ਕਿਹੜਾ ਸਸਤਾ?
ਇਹਨਾਂ ਨੇ ਜਿਹੜਾ ਪਾਕਿਸਤਾਨ ਦਾ ਬਾਰਡਰ ਕੀਤਾ, ਹੋਰ ਕੋਈ ਉਹਦੀ ਵਜ੍ਹਾ ਨਹੀਂ ਹੈ। ਸਿਰਫ ਜਿਹੜੇ ਮਾਰਵਾੜੀ ਜਿਹੜੇ ਸ਼ਾਹੂਕਾਰ ਬੋਂਬੇ ਔਰ ਗੁਜਰਾਤ ਦੇ ਨੇ, ਸਾਰੀ ਹਿੰਦੁਸਤਾਨ ਦੀ ਤਜਾਰਤ ਉਹਨਾਂ ਦੇ ਹੱਥ ਦੇਣ ਨੂੰ ਪਾਕਿਸਤਾਨ ਦਾ ਬਾਰਡਰ ਬੰਦ ਕੀਤਾ। ਜਦ ਪੰਜਾਬ ਦੀ ਹਾਲਤ ਵਿਗੜ ਰਹੀ ਸੀ ਔਰ ਆਤਮਹੱਤਿਆ ਹੋ ਰਹੀਆਂ ਸੀਗੀਆਂ, ਤਾਂ ਅਸੀਂ ਦੇਖਿਆ ਕਿ ਇਸ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਹੋ ਰਹੀਆਂ ਨੇ, ਕਿਉਂਕਿ ਇੱਥੇ ਕੋਈ ਇੰਡਸਟਰੀ ਨਹੀਂ ਸੀ, ਫੈਕਟਰੀ ਨਹੀਂ ਸੀ। ਇੱਥੇ ਫੌਜ ਸੀ, ਫੌਜ ਦੀ ਸਾਡੇ ਪਾਸ ਭਰਤੀ ਸੀਗੀ 27% ਆਜ਼ਾਦੀ ਵੇਲੇ, ਉਹ ਤੁਸੀਂ 1% ਵੀ ਥੱਲੇ ਲੈ ਆਉਂਦੀ। ਐਜੂਕੇਸ਼ਨ ਤੁਸੀਂ ਖੋ ਕੇ ਲੈ ਗਏ। ਪੰਜਾਬ ਜਦ ਤਾਈਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਇੰਡੀਪੈਂਡੈਂਸ ਤਾਈਂ ਹਿੰਦੁਸਤਾਨ ਦਾ ਸਭ ਤੋਂ ਐਜੂਕੇਟਿਡ ਏਰੀਆ ਸੀਗਾ। ਸਭ ਤੋਂ ਪਹਿਲੀਆਂ ਯੂਨੀਵਰਸਿਟੀ ਬਣੀਆਂ ਸੀਗੀਆਂ ਕਲਕੱਤਾ ਔਰ ਲਾਹੌਰ, ਔਰ ਫਿਰ ਮਹਿੰਦਰਾ ਕਾਲਜ ਥੋੜ੍ਹਾ ਪਟਿਆਲਾ। ਸਭ ਤੋਂ ਜ਼ਿਆਦਾ ਅਸੀਂ ਐਜੂਕੇਟਿਡ ਸੀ। ਹੁਣ ਸਾਡੀ ਪੋਜੀਸ਼ਨ 18ਵੀਂ ਪੋਜੀਸ਼ਨ ਆ ਗਈ। ਫੌਜ ਦੀ ਪੜ੍ਹਾਈ ਖੋਲ੍ਹ ਲਈ, ਐਜੂਕੇਸ਼ਨ ਸਾਡੀ ਖੋਲ੍ਹ ਲਈ, ਜ਼ਮੀਨਾਂ ਸਾਡੀਆਂ ਖੋਲ੍ਹ ਲਈਆਂ। ਆਤਮਹੱਤਿਆ ਹੋ ਰਹੀਆਂ ਨੇ ਤਾਂ ਕਿੱਥੇ ਜਾਣਗੇ, ਆਤਮਹੱਤਿਆ ਹੀ ਕਰਨਗੇ। ਪਰਿਵਾਰ ਤਾਂ ਤੁਸੀਂ ਲਾ ਲਓ, ਆਪਾਂ ਉਰੇ ਜਿੱਥੇ ਬੈਠੇ ਉਰੇ 70 ਦੀ ਬੈਠੇ ਆ। ਜਿਹੜੀ ਉਹਦੀ ਮੁੰਡੇ ਦੀ ਮਾਂ ਹੈ, ਉਹ ਦਿਮਾਗੋਂ ਵੀ ਵਿਚਾਰੀ ਉਹ ਹੋ ਗਈ, ਕਦੇ ਕਿਤੇ ਜਾ ਕੇ ਬਹਿ ਜਾਣੀ, ਮਨ ਕੇ ਕੋਈ ਲਿਆਵੇ ਹੋਰ ਸੰਦਤ ਚੋਂ ਚੱਕ ਕੇ ਹੋਰ ਫੜਾ ਦੇ, ਇਹੋ ਜਿਹੇ ਹਾਲਾਤ ਹੋ ਗਏ ਪਰਿਵਾਰ ਦੇ। ਇਹ ਪਰਿਵਾਰ ਦੇ ਕਿ ਦੋ ਜਵਾਨ ਮੁੰਡਿਆਂ ਦੀ ਮੌਤ ਹੋ ਗਈ, ਇੱਕ ਦੀ ਐਕਸੀਡੈਂਟ 'ਚ ਹੋ ਗਈ, ਇੱਕ 'ਚ ਦਵਾਈ ਨਾਲ ਹੋ ਗਈ। ਇਹ ਤਾਂ ਬਾਈ ਜੀ ਖਤਮ ਹੋ ਗਿਆ ਜਿਹੜਾ ਪਰਿਵਾਰ ਹੈ। ਪਰਿਵਾਰ ਹੁਣ ਇਹ ਉੱਠੂ ਕਿਵੇਂ? ਜੇ ਕੋਈ ਸਹਾਇਤਾ ਮਿਲੂਗੀ ਸਰਕਾਰ ਦੇਵੇ ਜਾਂ ਕੋਈ ਵੀ ਉਹ ਦੇਵੇ, ਜੇ ਸਹਾਇਤਾ ਮਿਲੂਗੀ ਥਾੜੀ ਮੋਟੀ, ਤਾਂ ਉੱਠ ਖੜਨਗੇ, ਨਹੀਂ ਉੱਠਣ ਜੋਕਰੇ ਛੱਡੀ ਨਹੀਂ ਹੈਗੇ। ਛੋਟਾ ਜਿਹਾ ਪੜੋਤਾ, ਇੱਕ ਪੋਤਾ, ਕੁੜੀ ਵਿਆਹਣ ਵਾਲੀ ਪਈ ਹੈ, ਐਵੇਂ ਲੱਗਦਾ ਵਿਆਹ ਕਿਹੜਾ ਕਰਨੇ ਸੌਖੇ ਪਏ ਨੇ, ਵਿਆਹ ਵੀ ਬਹੁਤ ਔਖੇ ਨੇ ਕਰਨੇ, ਜਵਾਕ ਪੜ੍ਹਾਉਣੇ ਔਖੇ ਹੋ ਰਹੇ ਨੇ। ਸਰਕਾਰੀ ਸਕੂਲਾਂ 'ਚ ਮਾਸਟਰ ਨਹੀਂ, ਪ੍ਰਾਈਵੇਟ ਜਾਵਾਂਗੇ ਉੱਥੇ 25,000 30,000 ਵਿੱਚ ਵਿੱਚ ਤਾਂ ਲੱਖ ਲੱਖ ਰੁਪਈਏ ਫੀਸਾਂ ਹੋ ਰਹੀਆਂ ਨੇ ਸਾਲ ਦੀਆਂ, ਕਿੱਥੋਂ ਭਰਾਂਗੇ? ਉਹ ਕਿਸਾਨ ਹੋਰ ਕੀ ਕਰੂਗਾ? ਕਿਸਾਨ ਨੂੰ ਤਾਂ ਇਹੀ ਰਾਹ ਲੱਭਦਾ ਬਈ ਖੁਦਕੁਸ਼ੀ ਕਰ ਲਓ। ਛੋਟੇ ਛੋਟੇ ਕਿਸਾਨ ਰਹਿ ਗਏ, ਕਿਸੇ ਵੇਲੇ 5 ਕਿੱਲੇ ਨੇ, ਕਿਸੇ ਵੇਲੇ 4 ਕਿੱਲੇ ਨੇ, ਇੱਦੂ ਵੱਧ ਤਾਂ ਜ਼ਮੀਨ ਨਹੀਂ ਹੈਗੀ ਕਿਸੇ ਵੇਲੇ। ਹੁਣ ਹੋਰ ਕੋਈ ਐਡਾ ਆਪਣਾ ਲਾਹੇਵੰਦ ਕੋਈ ਧੰਦਾ ਨਹੀਂ ਰਿਹਾ, ਜੇ ਆਪਾਂ ਕਹੀਏ ਲਾਹੇਵੰਦ ਧੰਦਾ। ਬੇਰੁਜ਼ਗਾਰੀ ਜ਼ਿਆਦਾ ਹੋ ਰਹੀ ਹੈ, ਕਿਸੇ ਨੂੰ ਨੌਕਰੀ ਨਹੀਂ, ਨਾ ਕੋਈ ਪ੍ਰਾਈਵੇਟ ਨੌਕਰੀ ਹੈ ਨਾ ਸਰਕਾਰੀ ਨੌਕਰੀ ਹੈ, ਇਹ ਤਾਂ ਹੈ ਨਹੀਂ। ਪੜ੍ਹੇ ਲਿਖੇ ਬੇਰੁਜ਼ਗਾਰ ਫਿਰਦੇ ਨੇ। ਜਦੋਂ ਨਸ਼ੇ ਨੇ, ਨਸ਼ਿਆਂ ਦਾ ਭਰਮਾਰ ਹੈ, ਨਸ਼ਿਆਂ ਦੇ ਕੋਈ ਕਿਸੇ ਦੀ ਉਹ ਨਹੀਂ ਦਿੱਤੀ, ਠੱਲ ਨਹੀਂ ਪਾਈ ਕਿਸੇ ਵੀ ਸਰਕਾਰ, ਕੋਈ ਆ ਗਈ ਅਕਾਲੀ ਆ ਗਏ ਚਾਹੇ ਕਾਂਗਰਸ ਹੀ ਆ ਗਏ, ਨਸ਼ੇ ਉਨੀ ਵਿਕਦੇ ਨੇ ਪਿੰਡਾਂ 'ਚ, ਸ਼ਰਾਬਾਂ ਵਿਕਦੀਆਂ ਨੇ, ਉਹਨੇ ਠੇਕੇ ਜ਼ਿਆਦਾ ਨੇ, ਸਕੂਲ ਘੱਟ ਨੇ। ਕਿਸਾਨੀ ਦੀ ਹਾਲਤ ਤਾਂ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਜ਼ਿਆਦਾ ਕਰਤਾ। ਤਾਂ ਇਹ ਸਿਚੁਏਸ਼ਨ ਇੱਥੇ ਦੀ ਅੱਜ ਜਦ ਮੈਂ ਦੇਖਿਆ ਕਿ ਆਤਮਹੱਤਿਆ ਕਰ ਰਹੇ ਨੇ, ਅਸੀਂ ਸੰਸਥਾ ਬਣਾਈ ਕਿ ਉਹਨਾਂ ਦੇ ਬੱਚਿਆਂ ਨੂੰ ਸੰਭਾਲਿਆ ਜਾਏ। ਉਹਨੂੰ ਬਾਬਾ ਨਾਨਕ ਐਜੂਕੇਸ਼ਨਲ ਸੁਸਾਇਟੀ ਕੀਤਾ, ਉਸ ਨਾਲ ਅਸੀਂ ਇੱਕ ਕਾਲਜ ਖੋਲ੍ਹ ਲਿਆ ਜਿੱਥੇ ਸ਼ਡਿਊਲ ਕਾਸਟ ਬੱਚੇ ਮੁਫਤ ਦੇ ਨੇ, ਸੁਸਾਈਡ ਫੈਮਲੀ ਵਾਲੇ ਬੱਚੇ ਮੁਫਤ ਦੇ ਨੇ, ਬਾਕੀਆਂ ਤੋਂ ਉੱਥੋਂ ਅਸੀਂ ਪ੍ਰੋਫਿਟ ਤਾਂ ਲੈਣ ਲਈ, ਜਿੰਨਾ ਉਹਦਾ ਪੈਸਾ ਉਹ ਕਾਲਜ 'ਚ ਹੀ ਲੱਗ ਜਾਂਦਾ। ਇੱਕ ਅੱਧਾ ਸਬਜੈਕਟ ਹੋਰ ਖੋਲ੍ਹ ਲੈਂਦੇ ਹਾਂ ਕਿ ਉਹ ਸਬਜੈਕਟ ਖੋਲ੍ਹਦੇ ਹਾਂ ਜਿਹਦੇ ਨਾਲ ਇਹਨਾਂ ਨੂੰ ਨੌਕਰੀਆਂ ਮਿਲਣ, ਉਹ ਸਬਜੈਕਟ ਵਧਾਈ ਜਾ ਰਹੇ ਹਾਂ, ਇਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ। ਕਈ ਜਿਹੜੇ ਬੱਚੇ ਸੀ ਮੁਫਤ ਲਏ ਥੇ ਸੁਸਾਈਡ ਵਾਲੇ, ਉਹ ਪੜ੍ਹ ਕੇ ਉਹਨਾਂ ਨੇ PhD ਕਰ ਲਈ, ਅਸੀਂ ਉਹਨਾਂ ਨੂੰ ਆਪਣੇ ਕਾਲਜ 'ਚ ਟੀਚਰ ਲਾ ਲਿਆ, ਪ੍ਰੋਫੈਸਰ ਲਾ ਲਿਆ। ਤਾਂ ਇਸ ਢੰਗ ਨਾਲ ਜਿਹਨੇ ਅਸੀਂ ਬਚਾ ਸਕਦੇ ਹਾਂ ਬਚਾ ਸਕਦੇ ਹਾਂ, ਪਰ ਸਰਕਾਰ ਵੱਲੋਂ ਸਾਨੂੰ ਤਾਂ ਕੋਈ ਮਦਦ ਨਹੀਂ ਮਿਲੀ। ਹੈਲੋ ਸਰ, ਨਮਸਤੇ ਜੀ, ਮੇਰਾ ਨਾਮ ਲਖਵੀਰ ਸਿੰਘ ਹੈ ਜੀ, ਮੇਰਾ ਪਿੰਡ ਗੋਬਿੰਦਪੁਰਾ ਜਮਾਰ ਵਾਲਾ, ਅਤੇ ਉਰੇ ਮੈਂ ਜਸਮੀਤ ਸਿੰਘ ਜੇਜੇ ਕਾਲਜ ਵਿੱਚ ਪੜ੍ਹਦਾ ਜੀ ਮੇਰੇ, ਅਤੇ ਮੈਂ BA ਫਾਈਨਲ ਦਾ ਸਟੂਡੈਂਟ ਹੈ ਜੀ, ਅਤੇ ਮੇਰਾ ਰੋਲ ਨੰਬਰ 825 ਹੈ ਜੀ, ਅਤੇ ਮੇਰੇ ਡੈਡੀ ਦੀ ਡੈਥ ਹੋਈ ਹੈ, ਸੁਸਾਈਡ ਕੇਸ ਆ ਜੀ, ਉਹਨਾਂ ਨੇ ਮਤਲਬ ਕਰਜ਼ੇ ਹੇਠਾਂ ਆ ਕੇ ਉਹਨਾਂ ਦੀ ਡੈਥ ਹੋ ਗਈ ਸੀ ਜੀ। ਪਿਛਲੀ ਵਾਰ ਮੇਰੇ ਮਤਲਬ ਯੂਨੀਵਰਸਿਟੀ ਫੀਸ ਮਤਲਬ ਇਹ ਹੈ ਨਹੀਂ ਸੀ ਸਰ, ਉਹ ਜੇਜੀ ਸਾਹਿਬ ਨੇ ਭਰੀ ਹੈ ਜੀ, ਖੁਦ ਹੈਲਪ ਕਰ ਰਹੇ ਨੇ। ਇਸ ਵਾਰ ਮੈਂ ਖੁਦ ਆਪਦੇ ਪੈਸੇ, ਖੁਦ ਐਡਮਿਸ਼ਨ ਵੀ ਅਤੇ ਯੂਨੀਵਰਸਿਟੀ ਫੀਸ ਵੀ ਮੈਂ ਖੁਦ ਭਰੀ ਹੈ ਜੀ ਸਰ। ਮਤਲਬ ਘਰ ਦੇ ਹਾਲਾਤ ਨੇ ਬਹੁਤ ਹੀ ਬੇਰੁਜ਼ਗਾਰ ਨੇ ਸਰ, ਮਤਲਬ ਡੈਡੀ ਡੈਥ ਹੋਈ ਹੈ ਜੀ, ਘਰ 'ਚ ਵੱਡਾ ਮੈਂ ਜੀ ਅਤੇ ਛੋਟਾ ਬ੍ਰਦਰ ਹੈ ਜੀ, ਅਤੇ ਇੱਕ ਮੰਮੀ, ਅਸੀਂ 3 ਜਣੇ ਬਸ ਫੈਮਿਲੀ 'ਤੇ ਜੀ। ਮਤਲਬ ਜੇਜੀ ਸਾਹਿਬ ਥੋੜ੍ਹੀ ਆਪਣੀ ਹੈਲਪ ਕਰਨੀ, ਜਦੋਂ ਫੀਸ ਨਹੀਂ ਹੁੰਦੀ ਸਰ ਉਹੀ ਭਰਦੇ ਨੇ ਜੀ। ਇਸ ਵੇਲੇ ਅਸੀਂ 135 ਪਿੰਡ ਦੇਖ ਰਹੇ ਹਾਂ, 135 ਪਿੰਡ ਦੇ ਬੱਚੇ ਜਿਨ੍ਹਾਂ ਨੇ ਸੁਸਾਈਡ ਕੀਤੀ ਹੈ, ਉਹਨਾਂ ਦੇ ਬੱਚਿਆਂ ਦੀ ਅਸੀਂ ਐਜੂਕੇਸ਼ਨ ਕਰ ਰਹੇ ਹਾਂ। 600 ਪਰਿਵਾਰ ਹੈਗਾ ਜਿਹਦੇ ਬੱਚੇ ਅਸੀਂ ਅਡੋਪਟ ਕੀਤੇ ਹੋਏ ਨੇ, ਫ੍ਰੀ ਐਜੂਕੇਸ਼ਨ ਬੱਚੇ ਐਜੂਕੇਸ਼ਨ ਕੀਤੇ ਹੋਏ ਨੇ। ਤਾਂ ਉਹਨਾਂ ਨੂੰ ਅਸੀਂ 1500 ਰੁਪਇਆ ਮਹੀਨਾ ਦਿੰਦੇ ਹਾਂ ਕਿ ਜੀ ਆਪਣੇ ਬੱਚਿਆਂ ਨੂੰ ਪੜ੍ਹਾਈ ਚੱਲੋ। 135 ਪਿੰਡ ਨੇ ਇਹਨਾਂ ਦੇ ਵਿੱਚ, ਜੋ ਕਿ ਆਲੇ ਦੁਆਲੇ ਦੇ ਕੁਝ, ਸੰਗਰੂਰ ਦੇ ਕੁਝ, ਡਿਸਟ੍ਰਿਕਟ ਮਾਨਸਾ ਦੇ, ਮੂਣਕ ਦੇ, ਸੁਨਾਮ ਦੇ ਪਿੰਡ, ਜੋ ਕਿ ਇਹਨਾਂ ਦੇ ਵਿੱਚ ਅਲੱਗ ਅਲੱਗ ਪਿੰਡਾਂ ਦੇ ਵਿੱਚ ਹਰੇਕ ਅਸੀਂ ਵਰਕਰ ਨੂੰ 42-42 40-40 ਪਿੰਡ ਦਿੱਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿ ਅਸੀਂ ਸੁਸਾਈਡ ਕੇਸ ਦਾ ਡਾਟਾ ਇਕੱਠਾ ਕਰਦੇ ਹਾਂ। ਕਈ ਵਾਰੀ ਤਾਂ ਅਜਿਹੇ ਕੇਸ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਕਿ ਸਾਨੂੰ ਦੇਖ ਕੇ ਆਪ ਹੀ ਰੋਣਾ ਆ ਜਾਂਦਾ। ਅਸੀਂ ਪਰਿਵਾਰਾਂ ਦੇ ਵਿੱਚ ਜਦੋਂ ਫੀਲਡ ਵਰਕ ਕਰਨ ਜਾਂਦੇ ਹਾਂ ਤਾਂ ਕਈ ਅਜਿਹੇ ਪਰਿਵਾਰ ਦੇਖੇ ਜਿਨ੍ਹਾਂ ਦੇ ਵਿੱਚ
कि परिवार के जिहड़ियां औरतां होंदियां ने उन्हां नूं ना तां कोई सरकारी सहूलत हुंदी है ते ना ही उन्हां कोले कमाउण दा कोई हीला वसीला हुंदा हैगा। 2 एकड़ जमीन ती 2 एकड़ जमीन नाल साडा कोई गुजारा नहीं होया। इस कारण साडे घर वाले ने खुदकुशी कर ली। उदू बाद च बच्चे नूं तकलीफ आई, उहने भी खुदकुशी कर ली। कोई गल नहीं करी, बस ना ही बोलदा ती, बस अई चुप करिया फिरी जांदा ती। बस गुस्से गिले जे च वी किवें मेरा टाइम पास होजू, किवें बच्चे पालांगे, किवें करांगे। ਉਦਣ ਸਾਨੂੰ ਕੋਈ ਗੱਲ ਨਹੀਂ ਦੱਸੀ ਵੀ ਮੈਂ ਅੱਜ ਇਹ ਕੰਮ ਕਰਨ ਲੱਗਿਆ। ਕੋਈ ਕਰਜ਼ੇ ਮਾਫ਼ ਨਹੀਂ ਹੋਏ, ਬਥੇਰੇ ਉਹਨਾਂ ਨੂੰ ਉਹ ਕਰਦੇ ਰਹੇ, ਕੋਈ ਕਰਜ਼ਾ ਨਹੀਂ ਮਾਫ਼ ਕਰਿਆ, ਕੋਈ ਮਦਦ ਨਹੀਂ ਕਰੀ ਬਈ। ਠੀਕ ਹੈ ਜੀ, ਜੱਜੀ ਸਾਹਿਬ ਨੇ ਹਿੰਮਤ ਕਰੀ ਹੈ ਵੀ ਬੱਚਿਆਂ ਨੂੰ ਕੋਈ ਮਾੜਾ ਮੋਟਾ ਕੋਈ ਪਿਰਸਣ ਲੱਗ ਜੂਗੀ, ਇਹਨਾਂ ਦੀ ਪੜ੍ਹਾਈ ਲਿਖਾਈ ਹੋ ਜੂਗੀ, ਇਹਨਾਂ ਦਾ ਕੋਈ ਟਾਈਮ ਪਾਸ ਹੋ ਜੂਗਾ। ਜਦ ਆ ਜਾਣਗੇ ਕਾਲਜ 'ਚ ਲੈ ਲਾਂਗੇ, ਫਿਰ ਅੱਗੇ ਉੱਥੇ ਹੀ ਰੱਖ ਲਾਂਗੇ। ਤਾਂ ਸਿਚੁਏਸ਼ਨ ਪੰਜਾਬ ਦੀ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ। ਕਿਸਾਨਾਂ 'ਤੇ ਬੇਸ਼ੁਮਾਰ ਕਰਜ਼ਾ ਹੈਗਾ। ਜਾਂ ਦੱਖਣ ਦੀ ਸਰਕਾਰਾਂ 'ਤੇ ਦੱਖਣ ਕੀਤਾ, ਉਹਦਾ ਤੁਸੀਂ ਸਾਰਾ ਕਰਜ਼ਾ ਮਾਫ਼ ਕਰਤਾ। ਪੰਜਾਬ ਔਰ ਹਰਿਆਣੇ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰਦੇ? ਇਹਨਾਂ ਨੇ ਕਰਨਾ ਨਹੀਂ, ਇਹ ਜਾਣ ਬੁੱਝ ਕੇ ਮਰਵਾ ਰਹੇ ਨੇ ਕਿ ਇੱਥੋਂ ਲੋਕ ਉੱਜੜ ਜਾਣ, ਫਿਰ ਅਸੀਂ ਮਾਰਵਾੜੀਆਂ ਨੂੰ ਇੱਥੇ ਕੋਪਰੇਟ ਸੈਕਟਰ ਨੂੰ ਇੱਥੇ ਦੀਆਂ ਸਾਰੀਆਂ ਜ਼ਮੀਨਾਂ ਦੇ ਦਿਆਂਗੇ। ਐਗਰੀਕਲਚਰ ਜਿਹੜੀ ਹੋਊਗੀ ਕੋਪਰੇਟ ਦੇ ਹੱਥ ਹੋਊ, ਉਹ ਮਸ਼ੀਨਾਂ ਨਾਲ ਕਰਨਗੇ, ਆਬਾਦੀ ਬੇਆਬਾਦ ਹੋਊਗੀ। ਮੈਂ 20-25 ਸਾਲਾਂ ਤੋਂ ਸਰਦਾਰ ਇੰਦਰਜੀਤ ਜੇਜੀ ਜੀ ਨਾਲ ਜੁੜਿਆ ਹੋਇਆ ਹਾਂ, ਜੋ ਕਿ ਇਹਨਾਂ ਨੇ ਇੱਕ ਸੰਸਥਾ ਬਾਬਾ ਨਾਨਕ ਐਜੂਕੇਸ਼ਨ ਸਟੈਟੀ ਬਣਾਈ ਹੋਈ ਹੈ, ਜੋ ਕਿ ਇੱਕ ਦਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹਨ। ਇਹ ਬਹੁਤ ਚੰਗੇ ਇਨਸਾਨ ਹਨ, ਇਹ ਭਲਾਈ ਦਾ ਕੰਮ ਬਹੁਤ ਕਰਦੇ ਹਨ। ਮੈਂ ਤੁਹਾਨੂੰ ਦੱਸਿਆ ਸੀ ਇਹ ਕੰਮ ਪਹਿਲਾਂ ਪਿਤਾ ਜੀ ਨੇ, ਮੇਰੇ ਫਾਦਰ ਨੇ ਸ਼ੁਰੂ ਕੀਤਾ। ਸੋਸ਼ਲ ਵਰਕ 'ਚ ਲੱਗ ਗਏ, ਉਹਨਾਂ ਨੇ ਇੱਥੇ ਇਲਾਕੇ 'ਚ ਆ ਕੇ 3-4 ਗੁਰਦੁਆਰੇ ਬਣਾਏ, ਹੋਰ ਇਹੋ ਜਿਹੇ ਕੰਮ ਕੀਤੇ। ਮੈਂ ਤੁਹਾਨੂੰ ਪਹਿਲਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਦ ਪਾਰਟੀਸ਼ਨ ਹੋਈ, ਇੱਥੇ ਸਾਡੇ ਇਲਾਕੇ 'ਚ ਮੁਸਲਮਾਨ ਨਹੀਂ ਮਾਰਨ ਦਿੱਤੇ, ਸਾਰਿਆਂ ਨੂੰ ਪ੍ਰੋਟੈਕਟ ਕਰਕੇ ਇੱਥੇ ਕੈਂਪ ਬਣਾ ਲਿਆ। ਇਸੇ ਤਰ੍ਹਾਂ ਜਦ ਸਰਕਾਰ ਮਾਰੀ ਸੀ, ਉਦੋਂ ਸਿੱਖਾਂ ਨੂੰ ਵੀ ਬਚਾਇਆ, ਇੱਥੇ ਕਿਸੇ ਨੂੰ ਮਾਰਨ ਨਹੀਂ ਦਿੱਤਾ ਇਸ ਇਲਾਕੇ 'ਚ। ਤਾਂ ਉਦੋਂ ਦੇ ਕੋਸ਼ਿਸ਼ ਇਹੀ ਹੈ ਕਿ ਕਿਸਾਨਾਂ ਦਾ ਜਿੰਨਾ ਵੀ ਕੰਮ ਕੀਤਾ ਜਾਏ। ਸਾਡੇ ਪਾਸ ਬਹੁਤ ਜ਼ਮੀਨਾਂ ਸੀਆਂ ਕਈ ਪਿੰਡ 'ਚ। ਤਾਂ ਜਦ ਕਿਸਾਨ ਮੂਵਮੈਂਟ ਸ਼ੁਰੂ ਹੋਈ, ਦੇਵਾ ਪਾਰਟ ਆਫ ਮਾਈ ਫਾਦਰਸ ਮੂਵਮੈਂਟ ਪਰਜਾ ਮੰਡਲ, ਉਹ ਪਿੱਛੋਂ ਜਾ ਕੇ ਨਕਸਲ ਬਣ ਗਏ ਸੀ। ਤਾਂ ਪਿਤਾ ਜੀ ਨੇ ਕਿਹਾ ਕਿ ਜਿੰਨੇ ਵੀ ਮੇਰੇ ਪਿੰਡ, ਇਹਨਾਂ ਦੇ 7-8 ਪਿੰਡ ਸੀ, ਕਿ ਜਿੱਥੇ ਜਿੱਥੇ ਮੇਰੀ ਜ਼ਮੀਨ ਹੈ, ਜਿਹੜਾ ਜਿਹੜਾ ਬਹੁਤਾ ਮੁਜ਼ਾਰਾ ਉਹਨੂੰ ਦੇ ਦਿਓ। ਉਹ ਸਾਰੀ ਉਹਨਾਂ ਨੂੰ ਦੇ ਤੀ। ਮੁਜ਼ਾਰਿਆਂ ਤੋਂ ਇਹ ਕਹਾ ਲਿਆ ਕਿ ਜੇ ਤੁਸੀਂ ਹੋਰਾਂ ਦੀ ਵਾਪਸ ਕਰੋਗੇ, ਮੇਰੀ ਵਾਪਸ ਕਰਿਓ, ਨਹੀਂ ਮੈਂ ਨਹੀਂ ਮੰਗਦਾ। ਉਹ ਸਾਰੀ ਕਿਸਾਨਾਂ ਦੇ ਮਿਲ ਗਈ, ਤਾਂ ਜਿਹੜੀ ਸਰਦਾਰੀ ਸੀ ਉਹ ਟੁੱਟ ਗਈ। ਉਸ ਵੇਲੇ ਮੇਰਾ ਖਿਆਲ ਸੀਗਾ ਕਿ ਅਸੀਂ ਸਿਚੁਏਸ਼ਨ ਨੂੰ ਕੰਟਰੋਲ ਕਰ ਲਾਂਗੇ। ਉਸ ਵੇਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ। ਸਰ ਹਰਚੰਦ ਸਿੰਘ ਲੌਂਗੋਵਾਲ ਨੇ ਜਿਹੜੇ ਬੰਦੇ ਨੂੰ ਪੰਜਾਬ ਦੀ ਦਾ ਜ਼ਿੰਮੇਵਾਰ ਸਮਝਿਆ ਕਿ ਜਿਹੜਾ ਪੰਜਾਬ ਨੂੰ ਸੈਂਟਰ ਨੂੰ ਵੇਚਦਾ ਜਾ ਰਿਹਾ, ਉਹ ਪ੍ਰਕਾਸ਼ ਸਿੰਘ ਬਾਦਲ ਸੀ। ਉਹਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਟੋੜੇ ਨੂੰ ਕੱਢਿਆ, ਆਪਣੀ ਸਰਕਾਰ ਬਣਾਈ। ਕੈਪਟਨ ਅਮਰਿੰਦਰ ਸਿੰਘ ਨੂੰ ਉਹਨੇ ਅੱਗੇ ਲਾਇਆ, ਹੌਲੀ ਹੌਲੀ ਸੰਤ ਹਰਚੰਦ ਸਿੰਘ ਨੂੰ ਮਾਰਤਾ। ਸੰਤ ਹਰਚੰਦ ਸਿੰਘ ਨੂੰ ਕਿਹਨੇ ਮਾਰਿਆ? ਸੈਂਟਰ ਸਰਕਾਰ ਨੇ ਮਾਰਿਆ। ਉਦੋਂ ਰਾਜੀਵ ਗਾਂਧੀ ਨੇ ਕਿਹਾ ਸੀ ਮੈਂ ਲੌਂਗੋਵਾਲ ਨਾਲ ਫੈਸਲਾ ਕਰ ਰਿਹਾ, ਸਾਡਾ ਸਮਝੌਤਾ ਹੋ ਗਿਆ। ਤਾਂ ਸੰਤ ਜੀ ਵਿਚਾਰੇ ਸਿੱਧੇ ਸੇ, ਉਹ ਮੀਟਿੰਗ ਤੋਂ ਵਾਪਸ ਆਏ, ਉਹਨਾਂ ਨੇ ਕਿਹਾ ਹੁਣ ਸਭ ਕੁਝ ਠੀਕ ਹੋ ਗਿਆ, ਉਹਨਾਂ ਨੇ ਮੇਰੇ ਨਾਲ ਫੈਸਲਾ ਕਰ ਲਿਆ। ਫੈਸਲਾ ਤਾਂ ਹੋਇਆ ਨਹੀਂ। ਜਦੋਂ ਉਹਨਾਂ ਨੇ ਪੁੱਛਿਆ ਕਿ ਕੀ ਫੈਸਲਾ ਹੋਇਆ, ਕਹਿੰਦਾ ਮੈਂ ਦੱਸੂੰਗਾ, ਥੋੜ੍ਹੀ ਉਹਨੂੰ ਸਮਾਂ ਦੇ ਦਿਓ ਕੰਮ ਕਰਨ ਦਾ। ਤਾਂ ਰਾਜੀਵ ਗਾਂਧੀ ਨੇ ਕਿਹਾ ਇਹਨੇ ਡਿਸਕਲੋਜ਼ ਕਰ ਦੇਣਾ, ਸੰਤ ਨੂੰ ਮਰਵਾਤਾ। ਸੰਤ ਮਰ ਗਿਆ, ਇਹਨਾਂ ਨੇ ਚੱਕ ਕੇ ਮੁੜ ਕੇ ਬਾਦਲ ਸ਼ਾਦਲ ਅੱਗੇ ਆ ਗਏ, ਅਮਰਿੰਦਰ ਨੂੰ ਵੀ ਲਾਮੇ ਕਰਤਾ। ਇਹ ਸੀਗੇ। ਹੁਣ ਵੀ ਬਾਦਲ ਅਰੇ ਕਹਿੰਦੇ ਅਕਾਲੀ ਹੈ, ਇਹ ਸਿੱਖ ਸੰਸਥਾ ਸੀਗੀ। ਜੇ ਇੱਕ ਇਹ ਸਿੱਖ ਸੰਸਥਾ ਸੀਗੀ, ਅਕਾਲੀ ਦਲ ਸੀ, ਤਾਂ ਇਹਨਾਂ ਦਾ ਕੰਟਰੋਲ SGP ਸੇ ਸੀ। ਹੁਣ ਤੁਸੀਂ ਦੇਖ ਲਓ, ਬਾਦਲ ਆਪ ਕਹਿੰਦਾ, ਨਹੀਂ ਤਾਂ ਉਹ ਇਲੈਕਸ਼ਨ ਹੀ ਲੜ ਸਕਦਾ ਜੇ ਕਹੇ ਮੈਂ ਰਿਲੀਜੀਅਸ ਬੋਡੀਆਂ, ਉਹ ਆਪ ਕਹਿੰਦਾ ਮੈਂ ਪੋਲੀਟੀਕਲ ਬੋਡੀਆਂ ਰਿਲੀਜੀਅਸ ਬੋਡੀ ਨਹੀਂ। ਉਹਦੇ ਆਲਮੋਸਟ 60% ਬੰਦੇ ਅਕਾਲੀ ਦਲ ਦੇ ਨੌਨ ਸਿੱਖ ਹੈ। ਜੇ ਇਹ ਸਿੱਖ ਸੰਸਥਾ ਨਹੀਂ ਹੈ ਤਾਂ SGPC 'ਤੇ ਕੰਟਰੋਲ ਕਿਉਂ ਕੀਤਾ? SGPC ਤਾਂ ਸਿੱਖ ਸੰਸਥਾ ਹੈ। SGPC ਵਾਲੇ ਪਹਿਲਾਂ ਪ੍ਰਚਾਰ ਕਰਿਆ ਕਰਦੇ, ਧਰਮ ਪ੍ਰਚਾਰ ਪਿੰਡਾਂ ਜਾਇਆ ਕਰਦੇ ਤੇ, ਉਹ ਸਾਰਾ ਇਹਨੇ ਬੰਦ ਕਰਾਤਾ। ਪੈਸਾ ਮੰਦਰਾਂ 'ਤੇ ਗੁਰਦੁਆਰਿਆਂ 'ਤੇ ਲਾਉਣ ਲੱਗ ਗਿਆ।
ਜਿਵੇਂ ਜਿਵੇਂ RSS BJP ਕਹਿੰਦੀ ਹੈ ਉਸ ਤਰ੍ਹਾਂ ਇਹ SCPC ਦੇ ਵਿੱਚ ਵੜ ਕੇ ਸਿੱਖੀ ਨੂੰ ਉਸ ਪਾਸੇ ਟਾਲ ਰਿਹਾ। ਤਾਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ SCPC ਦਾ ਕੰਟਰੋਲ ਬਾਦਲ ਔਰ RSS ਦੇ ਹੱਥ 'ਚ ਹੈ। ਹੁਣ ਸਾਰਿਆਂ ਨੇ ਕਿਹਾ ਇਹਨੂੰ ਕੱਢ ਦਿਓ ਬਾਦਲ ਨੂੰ, ਜੇ ਅੱਜ ਇਲੈਕਸ਼ਨ ਲੜੋ ਬਾਦਲ ਨੂੰ ਡੱਕਾ ਵੋਟ ਨਹੀਂ ਪੈਣੀ। ਪਰ ਇਹਨੂੰ ਸੰਭਾਲੀ ਬੈਠਾ ਹੈਗਾ ਮੋਦੀ, ਜਿੱਥੇ ਜਾਂਦਾ ਬਾਦਲ ਨੂੰ ਨਾਲ ਬਿਠਾਇਆ ਹੁੰਦਾ। ਕਾਹਦੇ ਕਰਕੇ ਇਹ ਇਲਾਕੇ ਦਾ ਨਹੀਂ ਹੈ, ਇਹਦੇ ਨਾਲ ਵੋਟਾਂ ਨਹੀਂ ਹੈ, ਇਹਨੂੰ ਕਿਉਂ ਚੁੱਕਿਆ ਕਿ ਸਿੱਖ ਧਰਮ 'ਤੇ ਕੰਟਰੋਲ ਕਰ ਲਏ। ਹੱਲ ਇਹਦਾ ਇੱਕੋ ਹੀ ਹੈ ਕਿ ਤੁਸੀਂ ਸੂਬਿਆਂ ਦੀ ਜਿਹੜੇ ਅਧਿਕਾਰ ਤੇ ਸੂਬਿਆਂ ਨੂੰ ਵਾਪਸ ਕਰੋ, ਲੈਂਡ ਸੀਲਿੰਗ ਨੂੰ ਤੁਸੀਂ ਮੁੜ ਕੇ ਖੜ੍ਹੇ ਕਰ ਦਿਓ ਕਿ ਤੁਸੀਂ 100 ਕਿੱਲੇ ਤਾਂ ਹੀ ਰੱਖ ਸਕਦੇ ਹੋ। ਜਿੰਨੀ ਵੀ ਇਕਨੋਮਿਕਲੀ ਵਾਇਬਲ ਹੈ ਬੰਦਾ 100 ਕਿੱਲੇ ਤਾਂ ਹੀ ਰੱਖ ਸਕਦਾ, ਉਹ ਕਰ ਦਿਓ। ਇਹ ਨਾ ਹੋਏ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਤੁਸੀਂ ਕੋਪਰੇਟ ਸੈਕਟਰ ਨੂੰ ਦੇਣ ਜਾਓ। ਇਹਦਾ ਹੱਲ ਇੱਕੋ ਹੀ ਹੈ, ਫੈਡਰਲ ਰਾਈਟਸ ਦੁਬਾਰਾ ਕਾਇਮ ਕਰੋ, ਸੂਬਿਆਂ ਦੀਆਂ ਰਾਈਟਸ ਦੁਬਾਰਾ ਕਾਇਮ ਕਰੋ, ਦਿੱਲੀ ਦੀਆਂ ਰਾਈਟਸ ਕੰਟਰੋਲ ਕਰੋ ਕਿ ਇਹਨੂੰ ਵੱਧ ਉਹ ਕਰ ਨਹੀਂ ਸਕਦੇ, ਫਿਰ ਤੁਸੀਂ ਇਹਨਾਂ ਨੂੰ ਬਚਾ ਸਕਦੇ। ਹੌਲੀ ਹੌਲੀ ਬਣਨਗੇ ਨਾ, ਜੋ ਕਹਿਣਗੇ ਥੋੜ੍ਹੀ ਜਿਣਸ ਦਾ ਮੁੱਲ ਵਧਾਓ। ਪਹਿਲਾਂ ਤਾਂ ਜਿਣਸ ਦਾ ਫਾਇਦਾ ਹੁੰਦਾ ਸੀ, ਪਾਕਿਸਤਾਨ ਬਾਰਡਰ ਖੁੱਲ੍ਹਾ ਸੀ, ਉਹ ਸਾਤੋਂ ਹੋਰ ਵੱਧ ਲੈ ਜਾਂਦੇ, ਜਾਂ ਇੱਧਰ ਅਸੀਂ ਕਿਤੇ ਬੰਬਈ ਭੇਜ ਦੇਣਾ, ਕਿਤੇ ਬਾਹਰ ਭੇਜ ਦਿੰਦੇ। ਤਾਂ ਜਦ ਤੁਹਾਡੇ ਪਾਸ ਫਸਲ ਪੈਸਾ ਦੇਣ ਲੱਗ ਗਈ, ਪੈਸਾ ਆ ਜਾਣਾ ਹੈ ਤੁਹਾਡੇ ਨਾਲ, ਉਹਦੇ ਨਾਲ ਤੁਹਾਡੇ ਹੱਥ 'ਚ ਜ਼ਮੀਨਾਂ ਆ ਜਾਣੀਆਂ ਨੇ, ਪੰਜਾਬ ਔਰ ਹਿੰਦੁਸਤਾਨ ਮੁੜ ਕੇ ਪੈਰਾਂ 'ਤੇ ਖੜ੍ਹਾ ਹੋ ਜਾਂਦਾ। ਅੱਜ ਕੱਲ੍ਹ ਪੰਜਾਬ ਨੇ ਹਰਿਆਣਾ ਮਰ ਰਿਹਾ, ਸਾਰਾ ਦੱਖਣ ਸੁਸਾਈਡ ਕਰ ਰਿਹਾ, ਸਾਰਾ ਹਿੰਦੁਸਤਾਨ ਮਰ ਰਿਹਾ, ਔਰ ਮੋਦੀ ਜੀ ਸਿਰ ਆਪਣੇ ਕੋਪਰੇਟ ਸੈਕਟਰ ਵਾਲਿਆਂ ਨੂੰ ਸ਼ਾਇਦ ਦੇਈ ਜਾਂਦੇ ਆ, ਕਿਸੇ ਦੀ ਮਦਦ ਨਹੀਂ ਕਰਦੇ। ਕੁਝ ਸਾਰੀਆਂ ਫੈਕਟਰੀਆਂ ਸਾਰੀਆਂ ਖੋਲ੍ਹ ਲਈਆਂ, ਫੌਜ 'ਚ ਨੌਕਰੀਆਂ ਨਹੀਂ ਰਹੀਆਂ, ਕਿਸਾਨਾਂ ਦਾ ਫਾਇਦਾ ਨਹੀਂ ਰਿਹਾ, ਤਾਂ ਬੇਰੁਜ਼ਗਾਰੀ ਹੋਈ ਹੋ ਗਈ। ਸਾਰੀ ਬੇਰੁਜ਼ਗਾਰ ਹੈ, ਜੇ ਦੇਖਿਆ ਜਾਵੇ ਮੈਂ ਵੀ ਬੇਰੁਜ਼ਗਾਰ ਹਾਂ।